ਬਿਸਮਿਲ੍ਲਾਹਿਰਰਹਿਮਾਨਿਰਰਹੀਮ ਅਸਲਾਮ ਅਲੈਕੁਮ ਜੀ ਆਇਆਂ ਨੂੰ ਤੇ ਵੈਰੀ ਗੁੱਡ ਮਾਰਨਿੰਗ ਮਾਰਨਿੰਗ ਵਿਦ ਰੈਂਬੋ ਐਂਡ ਸਾਹਿਬਾ ਦੇ ਨਾਲ ਹੱਸਦੇ ਰਹੋ ਵਸਦੇ ਰਹੋ ਖਾਂਦੇ ਰਹੋ ਤੇ ਪਾਜੀ ਜੀਉਂਦੇ ਰਹੋ ਗੁੱਡ ਮਾਰਨਿੰਗ ਵੈਲਕਮ ਟੂ ਆਰ ਸ਼ੋ ਮੈਂ ਹੂੰ ਆਪਕੀ ਹੋਸਟ ਸਾਹਿਬਾ ਔਰ ਮੈਂ ਜੀ ਜਾਨ ਰੈਂਬੋ ਆਪਣਾ ਕੇ ਰੰਗ ਰੈਂਬੋ ਸਾਹਿਬਾ ਕੇ ਸੰਗ ਟੰਗ ਟਣਾ ਟਣੜੰ ਕੀ ਹਾਲ ਹੈ ਠੀਕ ਠਾਕ ਹੋ ਸਵੇਰ ਅੱਛੀ ਗੁਜ਼ਰੀ ਹੈ ਠੀਕ ਹੋ ਗਈ ਹੈ ਨਾ ਬਾਕੀ ਦਿਨ ਵੀ ਇਨਸ਼ਾਅੱਲਾ ਅੱਲਾ ਕਰੇਗਾ ਅੱਛਾ ਗੁਜ਼ਰੇਗਾ ਜ਼ਿਆਦਾ ਸੋਚਿਆ ਨਾ ਕਰੋ ਜ਼ਿਆਦਾ ਪਰੇਸ਼ਾਨ ਨਾ ਹੋਇਆ ਕਰੋ ਅਗਰ ਦੁੱਖ ਆ ਜਾਂਦਾ ਦੁੱਖ ਆਉਂਦਾ ਜ਼ਿੰਦਗੀ ਦਾ ਇੱਕ ਹਿੱਸਾ ਦੁੱਖ ਔਰ ਸੁੱਖ ਆਉਣਾ ਜਾਂਦਾ ਰਹਿੰਦਾ ਜਨਾਬ ਦੁੱਖ ਆਵੇ ਤਾਂ ਉਹਨੂੰ ਜ਼ਿਆਦਾ ਸਿਰ ਸਿਰ 'ਤੇ ਸਵਾਰ ਨਹੀਂ ਕਰਨਾ ਜ਼ਿਆਦਾ ਸੋਚਣ ਨਾਲ ਜ਼ਿਆਦਾ ਪਰੇਸ਼ਾਨ ਹੋਣ ਨਾਲ ਦੁੱਖ ਘੱਟ ਨਹੀਂ ਹੁੰਦਾ ਉਹਦਾ ਮੁਕਾਬਲਾ ਕਰਨ ਨਾਲ ਦੁੱਖ ਜਿਹੜਾ ਉਹ ਜਾਂਦਾ ਔਰ ਅੱਲਾ ਸਬਰ ਦਿੰਦਾ ਜੀ ਜੀ ਅੱਛਾ ਪਹਿਲੇ ਮੈਂ ਆਪਣੀ ਵਾਰਡਰੋਬ ਦਾ ਜ਼ਿਕਰ ਕਰ ਦੂੰ ਤਾਂ ਕਿ ਵਿੱਚ ਮੈਂ ਕੋਈ ਬ੍ਰੇਕ ਨਾ ਆਏ ਇਹ ਜੋ ਅੱਜ ਆਪ ਡਰੈਸ ਦੇਖ ਰਹੇ ਹੈ ਇਹ ਹੈ ਲਾਜਵੰਤੀ ਕਾ ਅੱਜ ਤੇ ਮੈਨੂੰ ਵੀ ਡਰੈਸ ਅੱਛਾ ਲੱਗਿਆ ਮਾਸ਼ਾਅੱਲਾ ਤੁਸੀਂ ਵੈਸੇ ਥੱਕ ਨਹੀਂ ਗਏ ਰੋਜ਼ ਡਰੈਸ ਪਾ ਪਾ ਕੇ ਰੋਜ਼ ਸਵੇਰੇ ਇੱਕ ਨਵਾਂ ਡਰੈਸ ਰੋਜ਼ 350 ਡਰੈਸ ਪਾ ਚੁੱਕੇ ਹੋ ਮੇਰਾ ਸ਼ੌਕ ਵੈਸੇ ਲੇਡੀਜ਼ ਕੋ ਇਹ ਸ਼ੌਕ ਖਤਮ ਤੋਂ ਨਹੀਂ ਹੋਤਾ ਲੇਕਿਨ ਮੈਨੂੰ ਇਹ ਸ਼ੌਕ ਮੈਂ ਬਿਲਕੁਲ ਮੈਂ ਜਦ ਘਰ ਮੇ ਹੁੰਦੀ ਹਾਂ ਤਾਂ ਮੈਂ ਰਿਲੈਕਸ ਕਰਤੀ ਹਾਂ ਬਿਲਕੁਲ ਇੱਕ ਟਰਾਊਜ਼ਰ ਔਰ ਸ਼ਰਟ ਮੇ ਸ਼ਰਟ ਵਿੱਚ ਅੱਛਾ ਜਨਾਬ ਅਲੀ ਮੇਰਾ ਜਨਾਬ ਤੁਹਾਨੂੰ ਪਤਾ ਹੀ ਹੈ ਕਿ ਗ੍ਰੈਵਿਟੀ ਹੈ ਗ੍ਰੈਵਿਟੀ ਆ ਗਿਆ ਅੱਛਾ ਆ ਗਿਆ ਗ੍ਰੈਵਿਟੀ ਪਾਈ ਜਾ ਰਹੇ ਮੈਂ ਅੱਛਾ ਜਨਾਬ ਅੱਜ ਸਾਡੇ ਗੈਸਟ ਬੜੇ ਜ਼ਬਰਦਸਤ ਨੇ ਔਰ ਮੇਰੇ ਭੈਣ ਭਰਾ ਜਿਹੜੇ ਦੂਰ ਦਰਾਜ ਸ਼ਹਿਰਾਂ ਤੋਂ ਬੈਠੇ ਨੇ ਔਰ ਜਿਹਨਾਂ ਨੂੰ ਜ਼ਬਰਦਸਤ ਜਨਾਬ ਮਿਊਜ਼ਿਕ ਸੁਣਦੇ ਨੇ ਇੱਕ ਐਸਾ ਮਿਊਜ਼ਿਕ ਜਿਹੜਾ 1970 ਤੋਂ ਸਾਡੇ ਕੰਨਾਂ 'ਚ ਐਸਾ ਰਸ ਘੋਲਿਆ ਉਹਨੇ ਕਿ ਅੱਜ ਤੱਕ ਕਮੀਜ਼ ਤੇਰੀ ਕਾਲੀ ਨੀ ਸੁਣ ਫੁੱਲਾਂ ਵਾਲੀ ਤੇ ਸਾਰੇ ਸਮਝ ਗਏ ਹੋਣੇ ਨੇ ਅਤਾਉਲਾ ਈਸਾ ਖੇਲਵੀ ਲਓ ਜੀ ਕੀ ਤੋਹਫ਼ਾ ਮੈਂ ਤੁਹਾਡੇ ਵਾਸਤੇ ਲੈ ਆਇਆ ਮੇਰੀ ਉਹ ਭੈਣਾਂ ਤੇ ਮੇਰੇ ਭਰਾਓ ਕੀ ਤੋਹਫ਼ਾ ਮੈਂ ਲੈ ਕੇ ਆਇਆ ਪਰ ਸਾਨੂੰ ਬੜੇ ਆਪਣਾ ਮੈਸੇਜ ਵੀ ਆਉਂਦੇ ਸਨ ਮੈਸੇਜ ਬਹੁਤ ਆ ਰਹੇ ਥੇ ਉਨਕੇ ਨਾਮ ਕੇ ਤੋ ਬੇਇੰਤਹਾ ਮੈਸੇਜ ਆ ਰਹੇ ਨੇ ਕਾਫੀ ਅਰਸੇ ਸੇ ਉਹਨੇ ਦੇਖਾ ਨਹੀਂ ਲੋਗੋ ਨੇ ਔਰ ਜਨਾਬ ਅਲੀ ਇਹਨਾਂ ਦੀ ਕੀ ਤਾਰੀਫ ਕਰਾਂ ਤੁਹਾਨੂੰ ਸਾਰਿਆਂ ਨੂੰ ਪਤਾ ਹੈ ਸਾਰੇ ਇਹਨਾਂ ਦੇ ਬਾਰੇ ਜਾਣਦੇ ਨੇ ਪਹਿਲਾ ਗਾਣਾ ਕਦੋਂ ਆਇਆ ਸੀ ਕਿਹੜਾ ਆਇਆ ਸੀ ਕੀ ਇੱਕ ਕਿੱਸਾ ਮਸ਼ਹੂਰ ਹੋਇਆ ਸੀ ਕਿ ਇਸ਼ਕ 'ਚ ਨਾਕਾਮ ਹੋਏ ਨੇ ਅਤੇ ਆਵਾਜ਼ ਦਰਦ ਦੇ ਵਿੱਚ ਅਤੇ ਉਹ ਲੋਕਾਂ ਦੇ ਦਿਲਾਂ 'ਚ ਲੱਗੀ ਅਤੇ ਉਹ ਸਾਰੀਆਂ ਗੱਲਾਂ ਉਹਨਾਂ ਨਾਲ ਹੋਣਗੀਆਂ ਇਹ ਤਾਂ ਤੁਹਾਨੂੰ ਪਤਾ ਹੀ ਹੈ ਲੇਕਿਨ ਇੱਕ ਹੋਰ ਗੱਲ ਕਰਾਂ ਕਿ ਸਿਰਫ ਮਾਈਕਲ ਜੈਕਸਨ ਵਾਸਤੇ ਹੀ ਨਾ ਰਸ਼ ਲੱਗ ਕੇ ਬੰਦੇ ਪੈਰਾਂ ਥੱਲੇ ਆ ਕੇ ਨਹੀਂ ਮਰਦੇ ਇੱਕ ਦੋ ਵਾਕਏ ਹੋਏ ਨੇ ਸਾਡੇ ਲਾਲਾ ਜੀ ਦੇ ਨਾਲ ਵੀ ਇਹਨਾਂ ਨੂੰ ਦੇਖਣ ਵਾਸਤੇ ਲੋਕ ਇਕੱਠੇ ਹੋਏ ਨੇ ਔਰ ਦਮ ਘੁੱਟਣ ਦੇ ਨਾਲ ਕੁਛ ਬੰਦਿਆਂ ਦੀ ਜਾਨ ਵੀ ਗਈ ਸੀ ਉਹ ਵੀ ਅਸੀਂ ਜ਼ਿਕਰ ਕਰਾਂਗੇ ਦਰਖਤੋਂ ਵੀ ਬੰਦੇ ਡਿੱਗੇ ਸਨ ਇਹਨਾਂ ਨੂੰ ਦੇਖਣ ਵਾਸਤੇ ਰਸ਼ ਹੋਇਆ ਸੀ ਬੜੇ ਬੜੇ ਰਿਕਾਰਡ ਕੀਤੇ ਨੇ ਇਹਨਾਂ ਨੇ ਔਰ ਬੜੀਆਂ ਬੜੀਆਂ ਮਜ਼ੇਦਾਰ ਗੱਲਾਂ ਇਹਨਾਂ ਦੇ ਤੁਸੀਂ ਬੜੇ ਇੰਟਰਵਿਊ ਦੇਖੇ ਹੋਣਗੇ ਲੇਕਿਨ ਅੱਜ ਇਨਸ਼ਾਅੱਲਾ ਅਸੀਂ ਉਹ ਗੱਲਾਂ ਕਰਨ ਦੀਆਂ ਕੋਸ਼ਿਸ਼ ਕਰਾਂਗੇ ਜਿਹੜੀਆਂ ਪਹਿਲੇ ਤੁਹਾਡੇ ਕੰਨਾਂ ਤੱਕ ਨਹੀਂ ਪਹੁੰਚੀਆਂ ਤੇ ਫਿਰ ਕਿੰਨਾ ਮਜ਼ਾ ਆਏਗਾ ਔਰ ਜੋ ਫਰਮਾਇਸ਼ਾਂ ਆਪ ਆਪਣੇ ਜ਼ਿਹਨੋਂ ਮੇ ਸੋਚ ਰਹੇ ਹੈ ਕਿ ਇਹ ਗਾਣਾ ਸੁਣਨਾ ਹੈ ਉਹ ਗਾਣਾ ਸੁਣਨਾ ਹੈ ਉਹ ਵੀ ਇਨਸ਼ਾਅੱਲਾ ਤਾਲਾ ਆਪਕੋ ਜ਼ਰੂਰ ਸੁਣਾਏਗੇ ਸਾਡੀ ਡਰੈਗ ਅਤਾਉਲਾ ਈਸਾ ਖੇਲ ਵੀ ਸਾਡੇ ਕੋਲ ਲਾਈਵ ਕਾਲ ਤੇ ਨਹੀਂ ਲੇਕਿਨ ਸਾਨੂੰ ਤੁਹਾਡੇ ਦਿਲ ਦੀ ਨਾ ਆਵਾਜ਼ ਪਤਾ ਲੱਗ ਜਾਂਦੀ ਹੈ ਮੈਂ ਇੰਜ ਕਰਕੇ ਦੇਖਣਾ ਨਾ ਜਦੋਂ ਮੈਨੂੰ ਪਤਾ ਲੱਗਦਾ ਬਸ਼ੀਰ ਸਾਹਿਬ ਕੀ ਚਾਹ ਰਹੇ ਨੇ ਤੇ ਉਹੀ ਫਰਮਾਇਸ਼ ਤੁਹਾਨੂੰ ਪਹੁੰਚਦੀ ਹੈ ਕਿ ਨਹੀਂ ਪਹੁੰਚਦੀ ਹੈ ਵੀ ਮੈਸੇਜ ਕਰਕੇ ਦੱਸਣਾ ਕਿ ਜੋ ਤੁਹਾਡਾ ਦਿਲ ਕਰ ਰਿਹਾ ਹੁੰਦਾ ਅਸੀਂ ਉਹੀ ਗੱਲ ਜਾਂ ਉਹੀ ਫਰਮਾਇਸ਼ ਪੂਰੀ ਕਰਾਉਂਦੇ ਹਾਂ ਕਿ ਨਹੀਂ ਕਰਾਉਂਦੇ ਅੱਜ ਕਿੰਨਾ ਮਜ਼ਾ ਆਏਗਾ ਆਤੇ ਹੈ ਛੋਟੇ ਸੇ ਬ੍ਰੇਕ ਕੇ ਬਾਅਦ ਸਟੇ ਵਿਦ ਅਸ ਭਾਜੀ ਹੱਸਦੇ ਰਹੋ ਵਸਦੇ ਰਹੋ ਖਾਂਦੇ ਰਹੋ ਜੀਂਦੇ ਰਹੋ ਅਤਾਉਲਾ ਈਸਾ ਖੇਲ ਵੀ ਸਾਡੇ ਨਾਲ ਹੋਣਗੇ ਵੇਖਦੇ ਰਹੋ ਆਪਣਾ ਚੈਨਲ ਕਿਉਂਕਿ ਆਪਣਾ ਫਿਰ ਆਪਣਾ ਹੀ ਹੁੰਦਾ ਹੈ ਜੀ ਆਇਆਂ ਨੂੰ ਜੀ ਮੋਰਨਿੰਗ ਵਿਦ ਰੈਂਬੋ ਐਂਡ ਸਾਹਿਬ ਦੇ ਨਾਲ ਹੱਸਦੇ ਰਹੋ ਵਸਦੇ ਰਹੋ ਖਾਂਦੇ ਰਹੋ ਭਾਜੀ ਜਿਉਂਦੇ ਰਹੋ ਅਤੇ ਮੈਂ ਤੁਹਾਨੂੰ ਕਿਹਾ ਸੀ ਕਿ ਅੱਜ ਜਿਹੜੇ ਸਾਡੇ ਦੇਖਣ ਵਾਲੇ ਨੇ ਮੇਰੇ ਭੈਣ ਭਰਾ ਉਹਨਾਂ ਦੀ ਤੇ ਅੱਜ ਈਦ ਹੋ ਜਾਣੀ ਹੈ ਤੇ ਈਸਾ ਖੇਲ ਵਿੱਚ ਤੇ ਅੱਜ ਜਸ਼ਨ ਹੋਣਗੇ ਜਸ਼ਨ ਹੋਣਗੇ ਬਿਲਕੁਲ ਹੋਣਗੇ ਔਰ ਸਿਰਫ ਉਹੀ ਨਹੀਂ ਹਮਾਰੇ ਸਾਥ ਮੌਜੂਦ ਬਲਕਿ ਉਹ ਆਏ ਹੈ ਬੜੇ ਹੀ ਪਿਆਰ ਸੇ ਆਪਣੇ ਬੇਟੇ ਸਾਵਲ ਕੇ ਸਾਥ ਤੋ ਤਸ਼ਰੀਫ ਰੱਖਤੇ ਹੈ ਅਤਾਉਲਾ ਈਸਾ ਖੇਲ ਵੀ ਔਰ ਸਾਵਲ ਅਸਲਾਮ ਅਲੈਕੁਮ ਸਰ ਜੀ ਵਾਲੇਕੁਮ ਜੀ ਆਇਆਂ ਨੂੰ ਲਾਲਾ ਜੀ ਬੜੀ ਮਿਹਰਬਾਨੀ ਔਰ ਤੁਸੀਂ ਇਹ ਤੇ ਸਰਪ੍ਰਾਈਜ਼ ਸਾਨੂੰ ਦਿੱਤਾ ਸਾਨੂੰ ਹੀ ਆ ਕੇ ਤੁਸੀਂ ਤੋਹਫਾ ਦੇ ਦਿੱਤਾ ਸਾਵਲ ਨੂੰ ਲਿਆ ਕੇ ਔਰ ਇਹ ਸਾਨੂੰ ਨਹੀਂ ਪਤਾ ਸੀ ਵਰਨਾ ਮੈਂ ਇੰਟਰੋਡਕਸ਼ਨ ਪਹਿਲੇ ਕਰਵਾ ਦਿੰਦਾ ਜੀ ਔਰ ਜਿਸ ਤਰ੍ਹਾਂ ਮੈਂ ਪਹਿਲੇ ਜ਼ਿਕਰ ਕੀਤਾ ਮਾਸ਼ਾਅੱਲਾ ਜੀ ਰਿਕਾਰਡ ਜਿਹੜੇ ਨੇ ਉਹ ਮਾਈਕਲ ਜੈਕਸਨ ਦੇ ਹੀ ਨਹੀਂ ਬਣੇ ਹੋਰ ਕਿਸੇ ਜਿਹੜੇ ਸਿੰਗਰ ਨੇ ਯੂਰਪੀਅਨ ਜਾਂ ਇੰਡੀਅਨ ਅਲਹਮਦੁਲਿਲਾ ਲਾਲਾ ਜੀ ਦੇ ਐਸੇ ਐਸੇ ਰਿਕਾਰਡ ਨੇ ਹੁਣੇ ਬ੍ਰੇਕ ਤੋਂ ਪਹਿਲੇ ਕਹਿ ਰਹੇ ਸਨ ਕਿ ਕਦੀ ਹੋਇਆ ਤਾਂ ਮੈਂ ਤੁਹਾਨੂੰ ਵੀਡੀਓ ਵੀ ਦਿਖਾਵਾਂਗਾ ਜੋ ਹਾਲਾਤ ਗੁਜ਼ਰੇ ਨੇ ਔਰ ਜੋ ਰਿਕਾਰਡ ਕਾਇਮ ਹੋਏ ਨੇ ਉਹ ਇਨਸ਼ਾਅੱਲਾ ਫਿਰ ਕਦੇ ਹੋਣਗੇ ਜੀ ਜੀ ਕੀ ਹਾਲ ਹੈ ਅਲਹਮਦੁਲਿਲਾ ਠੀਕ ਠਾਕ ਆਪ ਠੀਕ ਹੈ ਅਲਹਮਦੁਲਿਲਾ ਆਪ ਠੀਕ ਹੋ ਜੀ ਮੈਂ ਠੀਕ ਹੂੰ ਕਿੰਨੇ ਅਰਸੇ ਬਾਅਦ ਆਏ ਆਪ ਬਾਹਰ ਹੋਤੇ ਹੈ ਕਿਉਂਕਿ ਲੰਡਨ ਨਹੀਂ ਬੇਟਾ ਆਉਣਾ ਜਾਣਾ ਲੱਗਾ ਰਹਾ ਆਉਣਾ ਜਾਣਾ ਲੱਗਾ ਬੇਟਾ ਕਿੰਨੇ ਅਰਸੇ ਬਾਅਦ ਆਇਆ
ये मेरे ख्याल दो साल बाद जी, तकरीबन दो साल, दो साल बाद। अच्छा लाला जी, गले में सुर सोज पहले से था या दिल्लगी के बाद आया? हाय नहीं बेटा, ये चीज़ें अल्लाह की तरफ से इनायत की जाती हैं, अलबत्ता हालात उनको पॉलिश ज़रूर करते हैं। अच्छा लाला जी, सुनना नहीं चाहिए कि सॉरी, अगर मेरे गले में वो अल्लाह ने चिप फीड ना की होती तो मैं जितनी भी कोशिश कर लेता, मैं सिंगर नहीं बन सकता। लाला जी, सुनना नहीं चाहिए कि पहला तुसी जिहड़ी रिकॉर्डिंग की थी, आप करके आप सुनी सी टेप दे उते कोई गाना कोई बनाया सी तुसी? उस वक्त ये था कि रेडियो, सॉरी मैं उर्दू बोला, पंजाबी बोलो तुसी, बल्कि मैं कहना कभी कभी वो जिहड़े मेरे ईसा खेल के सारे शहजादे बैठे ना, वो अज खुश होंगे, कभी कभी हल्का जहा तड़का तुसी लाना सराय की का जी। वो ये साढ़े दौर दे विच एक बाकायदा रेडियो टेलीविजन पाकिस्तान, टेलीविजन रेडियो पाकिस्तान दो, उत्थे एक म्यार होंदा सी, सही है, तो दरवाज़ा टप्पण वास्ते एक प्रोसेस चो गुजरना, और उहदे वास्ते सदियां लगदियां सन, उस माइक दे अगे कैमरे दे अगे जाण वास्ते एक लंबा प्रोसेस सी, उहदे चो गुजरना पैंदा सी जी जी, हर बंदा मुँह चुक के नहीं सी टुट जांदा रेडियो टेलीविजन ते पहुंचण वास्ते। इह ते मैं एहसान मंदा जापान दी टेक्नोलॉजी दा, कि उस दौर च कैसेट एंटर हुई साढ़े मुल्क दे, टेप रिकॉर्डर आ गया, टेप रिकॉर्डर आया, वो एक आसान तरीका सी, असीं पहले बह के आप सुनते थे, कोई नहीं थी सुनते। अच्छा फिर थोड़ा जहाँ के हल्का अहबाब बढ़ता गया, कोई दस लोग आते सन शाम, असीं इकट्ठे बहते थे, वो मैं सुनते सन, मैं उन्होंने सुना, वो फिर हल अलहमदुल्ला हल्का हल्का वो बढ़ता गया, जो जो दवा की तो सिलसिला अलहमदुल्ला चल निकला। फिर रामत ग्रामो फोन दे नाल 77 अच्छा रहमत ग्रामो फोन वाले, अल्लाह उन्होंने गरीब के रहमत करे, चौधरी रहमत, चौधरी रहमत साहब, उन्होंने कितने हथे चढ़ी वो कैसेट मेरी, वो जी तुसी आप रिकॉर्ड की थी आप ही मेरी रो, क्योंकि साढ़े इलाके के ज़्यादा लोग लेबर च दुबई जाते सन, तो जो तो साल तो बाद आते तो सब तो वड्डा तोहफा टेप टेप रिकॉर्डर आता सी, वड्डा टेप रिकॉर्डर, और उस वेले एक टेप रिकॉर्डर बड़ा हिट होया सी जिदे च दो कैसेटां पैंदियां सन, नहीं उस वेले पहले पहले तो एक वाला ही आया सी, अच्छा उहदे दो स्पीकर आउंदे सन, एक इधर एक इधर, और वो मुकाबला होंदा सी कि सब तो वड्डा टेप रिकॉर्डर किहदे कर, वो फिर वो बाकायदा उत्ते उहदा छाड़ चढ़ाते सन, बाकायदा उहदे कटाई वाला क्रेशिए दे नाल उहदी झालड़ बणी हुंदी सी, उहदा कपड़ा हुंदा सी, सिलवा सितारा उत्ते लगदा सी जी जी, शाम में चौक च बैठते थे वो टेप रिकॉर्डर ऑन कर दे, एक बहुत वड्डा सरप्राइज होंदा सी बाकी लोगों वास्ते, जेड़े बेचारे अफोर्ड नहीं सन कर सकते, या हाली पाकिस्तान च इन्ना आम नहीं सी होया टेप रिकॉर्डर, उस टेप रिकॉर्डर की विसातत नाल साडा एक आम जिहा कैसेट प्रोफेशनल रिकॉर्डिंग नहीं थी, यानी उत्थे टेप रिकॉर्डर पे रख के ते तुसी इत्थे मैं आवाजा लै के बैठा, इधर नाल तबले वाला बैठा, नाल कोई घड़ा बजा रहा है, नाल कोई कोई मिक्सिंग नहीं, कोई कुछ नहीं, जो जैसी आवाज है उत्थे तक रिकॉर्ड हो गई। अब तो म्यूजिक इतना एडवांस हो गया कि जो खामियां होती हैं वो म्यूजिक में कवर हो जाती हैं। उस वक्त बेटा वो जी जी कभी तबला उत्ते चढ़े है कि मैं नजर नहीं आ रहा, कभी वाजा उत्ते मैं उत्ते चढ़े है कोई शय नजर नहीं आ रहा, तो वो कैसेट पहुंच गए रहमत साहब को, अल्लाह जल्ले शान खुद ही रास्ता बनाया, सब तो वड्डा प्लानर है, बिल्कुल इस तरह प्लान किए, उन्हें रास्ता बनाया कि वो कैसेट किसी न किसी हवाले नाल रहमत ग्राम खून ते गई, वो बंदा चूंकि दूर अंदेश सी, उस पेशे नाल मुनसलिक सी, बड़े अरसे बहुत बड़ी दुकान सी उस वेले, उन्हें समझा भाई इहदे च कोई गैटस है नहीं, गैटस है गे मुंडे च गैटस है गे, वो फिर अल्लाह उन्होंने गरी के रहमत कर मेरे को आया ईसा पे। अच्छा आप आए? हाँ एक वा एक उन्हें उस वेले उन्होंने नाल रिकॉर्डिंग इंजीनियर होंदे सी शौकिया तौर पर महमूद सर, वो दो ही मेरे को आए, तो उन्हें ख्वाहिश का इजहार किया कि असीं तेन रिकॉर्ड करना चाहते,
ਤੇ ਰੈਂਬੋ ਸਾਹਿਬ ਫਿਰ ਅੰਨੇ ਕੋ ਕਿਹਾ ਜੀ ਦੋ ਅੱਖਾਂ ਲੇਕਿਨ ਤੁਸੀਂ ਉੱਤੋਂ ਜ਼ਾਹਿਰ ਨਹੀਂ ਕੀਤਾ ਹੋਣਾ ਕਿ ਮੈਨੂੰ ਬਹੁਤ ਜ਼ਿਆਦਾ ਜਲਦੀ ਹੈ ਉਂਝ ਵੈਲਿਊ ਖਰਾਬ ਹੋ ਗਈ ਵਿੱਚੋਂ ਵਿੱਚ ਤੇ ਮੈਂ ਕਿਹਾ ਮੈਂ ਅੱਜ ਹੀ ਚਲਾ ਜਾ ਅੱਛਾ ਬੜਾ ਮਜ਼ੇਦਾਰ ਵਾਕਿਆ ਹੈ ਬ੍ਰੇਕ ਸੇ ਵਾਪਸ ਆ ਕੇ ਔਰ ਬਾਤیں ਹੋਂਗੀ ਸਾਵਲ ਵੀ ਹਮਾਰੇ ਸਾਥ ਮੌਜੂਦ ਹੈ ਉਨ੍ਹਾਂ ਸੇ ਪੁੱਛेंगे ਮਜ਼ਾ ਇਤਨਾ ਜ਼ਬਰਦਸਤ ਆ ਰਿਹਾ ਕਿਸੇ ਦਾ ਕਿ ਬ੍ਰੇਕ ਤੇ ਜਾਣੇ ਕੋ ਦਿਲ ਨਹੀਂ ਚਾਹ ਰਿਹਾ ਲੇਕਿਨ ਜਾਣਾ ਪਏਗਾ ਮਜਬੂਰੀ ਹੈ ਕਿ ਮੈਂ ਸਾਈਡ ਤੇ ਹੋ ਜਾਵਾਂ ਨਹੀਂ 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 ਤੁਸੀਂ ਸਾਈਡ ਤੇ ਨਹੀਂ ਹੋਣਾ ਕਿੱਸਾ ਜਿਹੜਾ ਸੀ ਉਹ ਦਿਲਚਸਪ ਰੋਕਣ ਦਾ ਦਿਲ ਨਹੀਂ ਕਰ ਰਿਹਾ ਸੀ ਜੀ ਬ੍ਰੇਕ ਤੋਂ ਬਾਅਦ ਆਉਂਦੇ ਹਾਂ ਜੀ ਔਰ ਲਾਲਾ ਜੀ ਦਾ ਕਿੱਸਾ ਸੁਣਦੇ ਹਾਂ ਕਿ ਅੰਦਰੋਂ ਅੰਦਰੀ ਖੁਸ਼ ਹੋ ਰਹੇ ਸਨ ਕਿ ਉਹਨਾਂ ਨੂੰ ਹੁਣੇ ਨਾਲ ਲੈ ਜਾਣ ਲੇਕਿਨ ਜਾਣਾ ਦੋ ਤਿੰਨ ਦਿਨ ਬਾਅਦ ਸੀ ਜੀ ਸਟੇ ਟਿਊਨ ਵੀਲ ਬੀ ਬੈਕ ਸੂਨ ਬਾਜੀ ਹੱਸਦੇ ਵਸਦੇ ਰਹੋ ਵੇਖਦੇ ਰਹੋ ਆਪਣਾ ਚੈਨਲ ਕੁਛ ਵੀ ਹੋ ਜਾਏ ਆਪਣਾ ਆਪਣਾ ਹੀ ਹੁੰਦਾ ਜੀ ਜੀ ਆਇਆਂ ਨੂੰ ਜੀ ਮਾਰਨਿੰਗ ਵਿਦ ਰੈਂਬੋ ਐਂਡ ਸਾਹਿਬਾ ਦੇ ਨਾਲ ਹੱਸਦੇ ਰਹੋ ਵੱਸਦੇ ਰਹੋ ਭਾਅ ਜੀ ਖਾਂਦੇ ਰਹੋ ਅਤੇ ਜਿਉਂਦੇ ਰਹੋ ਅਤੇ ਨਾਲ ਵੇਖਦੇ ਰਹੋ ਅਤਾਉਲਾ ਇਸਾ ਖੇਲਵੀ ਸਾਹਿਬ ਨੂੰ ਔਰ ਸਾਵਲ ਸਾਹਿਬ ਜਿਹੜੇ ਤੁਸੀਂ ਵੇਖੀ ਜਾ ਰਹੇ ਹੋ ਔਰ ਵੇਖਣਾ ਚਾਹੁੰਦੇ ਹੋ ਲਾਲਾ ਜੀ ਬੜੇ ਮੈਸੇਜ ਆਏ ਤੁਹਾਡੇ ਔਰ ਬ੍ਰੇਕ ਪੇ ਹਮ ਜਾਤੇ ਹੈ ਤੋ ਫਿਰ ਦੁਬਾਰਾ ਕਿਸੇ ਕਹਾਣੀਆਂ ਸ਼ੁਰੂ ਹੋ ਜਾਂਦੀਆਂ ਐਸੇ ਐਸੇ ਕਿਸੇ ਨੇ ਜੀ ਕਿ ਸਾਨੂੰ ਅੱਜ ਮਤਲਬ ਅੱਜ ਹੁਣ 10 ਵਜੇ ਸਾਡਾ ਸ਼ੋਅ ਸ਼ੁਰੂ ਹੋਇਆ ਅਤੇ ਕਿ ਪੂਰਾ ਦਿਨ ਅਤੇ ਪੂਰੀ ਰਾਤ ਵੀ ਲੰਘ ਜਾਏ ਨਾ ਅਤੇ ਕੋਈ ਹੋਰ ਪ੍ਰੋਗਰਾਮ ਨਾ ਲੱਗੇ ਅਤੇ ਲਾਲਾ ਜੀ ਤਾਂ ਕਿਸੇ ਨਹੀਂ ਮੁੱਕਦੇ ਜੇ ਜੀ ਬੇਸਿਕਲੀ ਜੋ ਕਿ ਪਠਾਨ ਹਾਂ ਮੈਂ ਅਤੇ ਥੋੜ੍ਹੇ ਜਿਹੇ ਨਹੀਂ ਆਏ ਥੋੜ੍ਹੀ ਜਿਹੀ ਰੱਖਣੀ ਪੈਂਦੀ ਅਤੇ ਪਰ ਉਹਨਾਂ ਨਾਲ ਗੱਲਬਾਤ ਹੋਈ ਬੜੇ ਅੱਛੇ ਮਾਹੌਲ ਦੇ ਵਿੱਚ ਉਹਨਾਂ ਕਿਹਾ ਬਈ ਹਫ਼ਤੇ ਤੋਂ ਬਾਅਦ ਅਸੀਂ ਗੱਡੀ ਭੇਜਾਂਗੇ ਅਤੇ ਤੂੰ ਆ ਜਾ ਤੁਹਾਡੇ ਹਫ਼ਤਾ ਬੜੀ ਮੁਸ਼ਕਿਲ ਨਾਲ ਗੁਜ਼ਰਿਆ ਹੋਣਾ ਉਹ ਦੋ ਹਫ਼ਤੇ ਗੁਜ਼ਰ ਗਏ ਗੱਡੀ ਨਾ ਭੇਜੀ ਉਹਨਾਂ ਗੱਡੀ ਨਹੀਂ ਭੇਜੀ ਮੈਂ ਫਿਰ ਇੱਕ ਟੈਲੀਫੋਨ ਉਹਨਾਂ ਉਸ ਵੇਲੇ ਪੁਰਾਣੇ ਜ਼ਮਾਨੇ ਵਾਲੀ ਐਕਸਚੇਂਜ ਹੁੰਦੀ ਸੀ ਉੱਥੋਂ ਅਸੀਂ ਜਾ ਕੇ ਫੋਨ ਕੀਤਾ ਬਈ ਤੁਸੀਂ ਤਾਂ ਆਰਟਿਸਟ ਪ੍ਰਮੋਸ਼ਨ ਵਾਲੇ ਲੋਕ ਹੋ ਤੁਹਾਨੂੰ ਤਾਂ ਆਰਟਿਸਟਾਂ ਨਾਲ ਉਮਰ ਗੁਜ਼ਰੀ ਹੈ ਤੁਹਾਨੂੰ ਤਾਂ ਇਸ ਤਰ੍ਹਾਂ ਗਲਤ ਬਿਆਨੀ ਨਹੀਂ ਸੀ ਕਰਨੀ ਚਾਹੀਦੀ ਤੁਸੀਂ ਮੇਰੀ ਦਿਲ ਆਜ਼ਾਰੀ ਕੀਤੀ ਹੈ ਦੋ ਹਫ਼ਤੇ ਹੋ ਗਏ ਮੈਂ ਇੰਤਜ਼ਾਰ ਕਰਦਾ ਰਹਿੰਦਾ ਖੈਰ ਉਹਨਾਂ ਮਾਦਰਤ ਕੀਤੀ ਕਿ ਕੁਝ ਪ੍ਰੋਬਲਮ ਸਨ ਇਸ ਵਜ੍ਹਾ ਤੋਂ ਅਤੇ ਕੱਲ੍ਹ ਗੱਡੀ ਆ ਰਹੀ ਤੁਸੀਂ ਤਿਆਰ ਹੋ ਅੱਛਾ ਫਿਰ ਦੂਸਰੇ ਦਿਨ ਉਹਨਾਂ ਗੱਡੀ ਭੇਜੀ ਅਤੇ ਮੈਂ ਚਲਾ ਗਿਆ ਉੱਥੇ ਜਿਤਨੇ ਉਹ ਪਹਿਲੇ ਐਲਬਮ ਦੇ ਜੋ ਜਿਤਨੇ ਵੀ ਉਹਦੇ ਰਿਕਾਰਡ ਸਨ ਤੁਸੀਂ ਉਹ ਤੁਹਾਡੀ ਆਪਣੀਆਂ ਟਿਊਨਾਂ ਆਪਣੀ ਸ਼ਾਇਰੀ ਸੀ ਸਰ ਅਲਹਮਦੁਲਿਲਾ ਮੈਂ ਹੁਣ ਵੀ ਜ਼ਿਆਦਾ ਕੰਮ ਮੇਰਾ ਆਪਣਾ ਹੈ ਆਪਣਾ ਹੀ ਹੁੰਦਾ ਲੇਕਿਨ ਮੇਰੀ ਖੁਸ਼ਕਿਸਮਤੀ ਕਿ ਮੈਂ ਬਰੇ ਸਗੀਰ ਦੇ ਏ ਕਲਾਸ ਮਿਊਜ਼ਿਕ ਡਾਇਰੈਕਟਰਾਂ ਨਾਲ ਕੰਮ ਕੀਤਾ ਉਹਨਾਂ ਕੋਲ ਰਾਏ ਲਈ ਉਹਨਾਂ ਦੇ ਪੈਰਾਂ 'ਚ ਬਹਿ ਕੇ ਕੁਝ ਨਾ ਕੁਝ ਇਹ ਵੀ ਸਿੱਖਣ ਦੀ ਕੋਸ਼ਿਸ਼ ਕੀਤੀ ਸਿੱਖਿਆ ਨਹੀਂ ਹੈ ਸਿੱਖਣਾ ਤਾਂ ਬੜੀ ਦੂਰ ਦੀ ਗੱਲ ਹੈ ਇਹ ਤੁਹਾਡਾ ਵੱਡਾ ਪਾਰ ਅਤੇ ਅੱਜ ਵੀ ਮੇਰੀ ਖੁਸ਼ਕਿਸਮਤੀ ਹੈ ਕਿ ਪੂਰੇ ਬਰੇ ਸਗੀਰ ਨਾ ਕਿ ਸਿਰਫ ਪਾਕਿਸਤਾਨ ਪੂਰੇ ਬਰੇ ਸਗੀਰ ਦੇ ਅੱਛੇ ਮਿਊਜ਼ਿਕ ਡਾਇਰੈਕਟਰਾਂ ਨਾਲ ਬਹਿਣ ਦਾ ਮੈਨੂੰ ਇਤਫਾਕ ਹੋਇਆ ਉਹਨਾਂ ਕੋਲ ਕੁਝ ਨਾ ਕੁਝ ਸਿੱਖਿਆ ਅੱਛਾ ਲਾਲਾ ਜੀ ਸਾਵਲ ਕੀ ਤਰਫ ਵੀ ਆਤੇ ਹੈ ਜ਼ਰਾ ਪੁੱਛਦੇ ਹੈ ਕਿ ਵਾਲਿਦ ਸਾਹਿਬ ਸੇ ਹੀ ਇੰਸਪਾਇਰ ਥੇ ਸ਼ੁਰੂ ਸੇ انسپریشنس میری مختلف وقت پہ مختلف تھیں اچھا فادر کا میوزک مجھے بہت لیٹ سمجھ آیا واقعی یہ نہ سمجھ لوگوں کو سمجھنے والی بات ہی نہیں تھی تو مجھے بہت لیٹ سمجھ آیا تو ابھی بھی سمجھ رہا ہوں جتنا سمجھ نہ بڑھتا جاتا ہے اتنا زیادہ مزہ آتا ہے سننے میں بالکل صحیح تو میں نے گانا جب شروع کیا تھا 2005 میں اس کے بعد کچھ اس طرف آیا میں ورنہ اس سے پہلے میرا کوئی انٹرسٹ نہیں تھا تو آپ والد صاحب کے ہی ٹریک پہ چل رہے ہیں یا آپ نے کوئی ڈیفرنٹ وہ بھی میں کام کروں گا مگر انیشلی میرا ذرا ڈیفرنٹ ڈائریکشن ہے اگر آپ کسی کو بتایا نہیں تو کہیں سے ایسا نہیں لگے گا کہ میرا بیٹا ہے ਹੋਰ ਬੜੇ ਬੇਟੇ ਪੈਦਾ ਕੀਤੇ ਨੇ ਨਾ 150-200 ਬੰਦੇ ਤੁਹਾਡੇ ਸਟਾਈਲ ਤੇ ਗਾ ਰਹੇ ਨੇ ਬੱਚੇ ਹੀ ਹੋਏ ਤੁਹਾਡੇ ਹਾਂਜੀ ਇਹ ਮੈਂ ਇਸ ਨੂੰ ਆਪਣੀ ਖੁਸ਼ਕਿਸਮਤੀ ਸਮਝਦਾ ਕਿ ਮੇਰਾ ਬੱਚਾ ਮੇਰੇ ਟਰੈਕ ਤੇ ਨਹੀਂ ਚੱਲਿਆ ਇਹਨੇ ਆਪਣੇ ਵਾਸਤੇ ਇੱਕ ਨਵੀਂ ਗੱਲ ਨਵੀਂ ਲਾਈਨ ਲੱਭੀ ਔਰ ਸਰਵਾਈਵ ਆਰਟਿਸਟ ਦੀ ਜ਼ਿੰਦਗੀ ਇਹਦੇ 'ਚ ਕਿ ਜਦੋਂ ਤੁਸੀਂ ਕੋਈ ਨਵੀਂ ਚੀਜ਼ ਲੈ ਨਵੀਂ ਚੀਜ਼ ਲੈ ਮਾਸ਼ਾਅੱਲਾ ਤੂੰ ਨਵੀਂ ਚੀਜ਼ ਲੈ ਕੇ ਆਇਆ ਸੀ ਤੇ ਕਲਿੱਕ ਹੋ ਗਿਆ اچھا ساول جیسے آپ نے کہا کہ آپ والد صاحب کا سٹائل فالو نہیں آپ نے کیا تو آپ نے اپنے سٹائل میں کیا دیا کیا کرنا چاہ رہے ہیں ابھی ایلبم میری چل رہی ہے میں ریکارڈنگ کر رہا ہوں ابھی اپنی اچھا جی اور اس پہ کام چل رہا ہے
मेरा वोकल जरा डिफरेंट है, मेरा काम डिफरेंट है, एक्सपीरियंस नहीं है। जिवें तुसी दसे प्लेबैक सिंगर बनना, प्लेबैक सिंगर का रफी साहब वर्गे, अल्लाह करे तुसी क्या बात। फनकार बड़े आए ने जी, सिंगर भी बड़े आए ने, प्लेबैक सिंगर मेरे हले कोई होए ने। बिल्कुल बस जी, आए लाला जी सुना है आप भी रफी साहब के फैन हैं, पसंद करते हैं? मैं बहुत पसंद, बल्कि मैं तो रफ़ी साहब यूँ कह रहे हैं उन्हें गा गा के सिंगर बना रफ़ी साहब। हाँ, और तो जब हमारा दौर था हमारे कबायली सिस्टम में जी गाना बजाना तो बहुत बुरा समझा जाता, तो मेरी ख्वाहिश थी कि मैं बाकायदा सीखूं, लेकिन सीख नहीं सका। तो फिर उस वक्त जो हिट गाने थे रफ़ी साहब के, मुकेश के, शौकत अली के, नैत हुसैन भट्टी साहब के, वो गाने गा के हम सिंगर बने। आज एक रफी साहब का गाना है, मिली खाक में मोहब्बत जला दिल का आशियाना। बहुत सारे तोड़। अच्छा एनु नहीं तुसी कुछ तोड़ मोड़ के कुछ दिल लगाया था दिल लगी के लिए? नहीं नहीं, वो तो अपने स्टाइल है। नहीं वो तर्ज हो रहा है, तर्ज हो रहा है, लेकिन कुछ एथों लगता है कि कुछ मुतासर थोड़े थानू लगता है मैं नहीं। अच्छा उसकी ट्यून बिल्कुल मुख्तलिफ है, लेकिन रफी साहब दे मैं कोशिश की थी उन्हें ख़राब करने की। नहीं वो तो बहुत महान सिंगर, बहुत बड़े लोग सन, तो असी तो उन्होंने कई जन्म लिए तो उत्थे नहीं पहुँच सकते, तसव्वुर ही नहीं कर सकते। लेकिन अल्लाह ने जो मुकाम देता है उनसे भी कोई नहीं आ सकता। अल्हम्दुलिल्लाह उन्होंने तो मुतासर बहुत सी, मैं रफ़ी साहब, मुकेश, मुकेश मेरे रूहानी उस्ताद समझ लो, मैं उन्होंने अपना रूहानी उस्ताद समझ दिया। अच्छा अपना सावल, तुसी फिर उस्ताद? मैंने पहले भी आपको बताया था मेरी इंस्पिरेशंस बहुत ज़्यादा है। अच्छा एक इंस्पिरेशन नहीं है। अच्छा अच्छा उस्ताद ही नहीं रखा कोई? उस्ताद उस्ताद बाकायदगी से मेरे थे, मैंने पियानो कुछ अरसे तक सीखा। अच्छा तो फिर मुझे बाहर जाना पड़ गया, उसकी वजह से मैंने उसको मनसूख कर दिया कुछ अरसे के लिए। मगर सिंगिंग में मोहम्मद रफ़ी और उनको मैंने बहुत कोशिश की कि उनके गानों के साथ प्रैक्टिस किया करूँ। असी अगर तुम कहूँ कि रफ़ी साहब का हल्का जो कोई एक अंतरा सुना दो, स्थाई सुना दो, जो दिल करे, जो दिल नू वजदा होए। एक बोल गुनगुना दे जी। मैं अगर आप थोड़ा सा टाइम दें तो मैं आपको ज़रूर कुछ थोड़ी देर में मैं आपको। अच्छा अच्छा ठीक है ठीक है। बाकी जो बहन भाई हैं, कितने बहन भाई हैं आप? माशाल्लाह जी चार। चार बहन भाई हैं, तो वो किस तरफ उनकी फील्ड है, उनका इंटरेस्ट क्या है? जी भाई मेरा फिल्म मेकर है। अच्छा। छोटा है, 16 साल का है, मगर फिल्म मेकिंग की तरफ है, फोटोग्राफी करता है। हाँ जी एक्टर भी है। यूके तो कर रहे हैं? यूके में। इसका मतलब है जी कि असी तैयार रहिए, फिल्म का फ्यूचर अच्छा होगा, फिल्म जड़ी है हुन साडी बेहतर होने वाली है इंशाल्लाह। लाला जी दे घरों काम स्टार्ट होएगा, अल्लाह करेगा असी अपने पैरों ते फिर खलोवांगे। साउंड डिजाइनर मैं हूँ जी। साउंड डिजाइनर। अच्छा माशाल्लाह। और फिल्म मेकर मेरा भाई है। ठीक है। और मेरी बहन विजुअल इफेक्ट डिजाइनर है, तो हमारी पूरी तकरीबन टीम पूरी जी इंडस्ट्री है वो एवर न्यू, तो उठ के लाला जी के घर लगता है, उन्हें डेरे ला लेने और इतों एक नवी इंडस्ट्री जन्म लेगी। और इस तरह के लाला जी अगर 16 18 साल के मेकिंग सीख के आएंगे। मेरी कोशिश थी रेनबो के ये एक अच्छे पाकिस्तानी बनन में विश करता थी। अल्हम्दुलिल्लाह अल्लाह ने जो चाहे जिंदगी चो दिता है, जिंदगी नू बड़ा इंजॉय किया मैं, तो हूँ यही ख्वाहिश थी कि मेरी नस्ल जड़ी है इस मुल्क वास्ते कुछ करे, बेहतर करे, तुहाडे तो ज़्यादा करे इंशाल्लाह। मैं इंशाल्लाह मेरे तो बेहतर करेंगे, क्योंकि सानू वो हालात मुयस्सर नहीं सन जो इन्होंने मुझे। और बहुत खुश नसीब होते हैं वो लोग जो बाहर से पढ़ के आए और अपने मुल्क की खिदमत करें, वरना यही होता है कि बाहर पढ़ के तो बाहर ही खिदमत शुरू हो जाती है, बल्कि इतों पढ़ के बाहर चले पढ़ के। अच्छा फिल्म दे तुसी वह एक गल जेरे चाहिए पूछना चाहवागा कि तुसी इन्होंने सारे फिल्म के उस क्यों पाया कि तुसी आप ही थानू एक्टिंग दा कुछ ऐसा है सी? मेरी तरफ कोई ऐसी पाबंदी नहीं सी, जब मैं इस फील्ड च आया तो मेरे वालिद दी ख्वाहिश सी कि मैं या फौजी बना तो या मैं डॉक्टर बना, क्योंकि साढ़े इलाके ज़्यादा जो साढ़े फैमिली मैंबर ने वो या तो आर्मी पाकिस्तान की खिदमत कर रहे हैं माशाल्लाह, या ट्रांसपोर्टर ने, या फिर लेकिन मेरे वाले दिखाई थी कि मैं डॉक्टर बना। उन्होंने बड़ी कोशिश की थी, लेकिन मैं मैट्रिक ही थर्ड डिवीजन लेकर फिर एफ ए ची मेरी बुरी हालत थी। अच्छा तो इस वजह तो मैं वो बाकायदा तौर पर उस पास नहीं जा सकता। गाने का मैंने शौक थी, मेरे वालिद साहब पठान सन, उन्होंने आख्या नहीं तू गाने वाले पास नहीं जाना,
लेकिन मैं अपनी तरफ इन्हें कोई पाबंदी नहीं रखी ठीक मैं इन्हों नहीं हालांकि इन्हें हूँ माशाला डिग्री की इलेक्ट्रॉनिक इंजीनियर मैं इन्हों नहीं कहा कि वरना अगर मेरे तो पूछता तो मेरी मेरी तो ख्वाहिश होती कि मेरा पुत्र या तो सियासतदान बन जाए वाकफियत भी हो गई सारा कुछ हो गया जी आते हैं छोटे से ब्रेक के बाद अताउल्लाह ईसा खेलवी साहब हमारे साथ मौजूद हैं और सावल भी हमारे साथ मौजूद हैं आके होंगी ढेर सारी बातें स्टे ट्यून्ड वी विल बी बैक बाजी हंसते मस्ते रहो भेजते रहो अपना चैनल अपना अपना ही होता है फिल्मों की तरफ कैसे इंटरेस्ट हुआ किसने ऑफर किया बेटा हम पाकिस्तानी खास तौर पे जो कम्युनिटी है तुम्हें पता ही है तुम खुद इस मुल्क की बासी हो जी जी हम में रवादारी बहुत है जी बिल्कुल अब अल्लाह इसे खुश रखे तो इसने भी बाद औकात इस तरह कंप्रोमाइज़ किया हो मैंने भी कंप्रोमाइज़ किया वरना मैं एक्टर नहीं हूँ अपनी पहली फिल्म देख के मुझे शर्म आती थी कि मैंने क्या झक मारा है क्योंकि मैं बेसिकली एक्टर नहीं हूँ थोड़ा बहुत एक्टर हर सिंगर होता है क्योंकि डेली हम 5-7 हज़ार 8 हज़ार 10 हज़ार के मजमे को फेस करते हैं उनको रीड करते हैं उनके मुताबिक ख्वाहिशों के मुताबिक हम परफॉर्म करने की कोशिश करते हैं तो उस वक्त मेरा गाना हिट हुआ तो हमारे एक प्रोड्यूसर थे अल्लाह ने खुश रखे ज़हूर हुसैन गिलानी साहब तो उन्होंने ख्वाहिश जाहिर की कि उस फिल्म में मैं अपना गाना दे दूँ वो हर जगह पर पहुँच जाते सन जिते कोई चीज़ हिट होती सी और जिते देखते सन कि मैंने कोई फायदा होएगा बहरहाल मैं तो इस चक्कर में नहीं पड़ता मैं वाकया बता रहा हूँ साहिबा ने पूछा अच्छा, तो मैं बता रहा हूँ कि वो उन्होंने ख्वाहिश जाहिर की कि ये गाना मैं अपनी फिल्म के लिए लेना चाहती हूँ मैंने कहा ले लें मैं प्लेबैक सिंगर तो नहीं हूँ लेकिन मैं कोशिश करूँगा मैं स्टूडियो गया वो गाना री रिकॉर्ड हुआ कमीज तेरी काली सोने पुल्ला वाला उसके बाद वो गाना जब पिक्चराइज होने लगा तो उन्होंने ख्वाहिश जाहिर की कि हम एक ऐसी सिचुएशन बनाते हैं फिल्म में अल्लाह गरी के रहमत करे दिलदार भट्टी साहब वो कंपेयर कर रहे हैं एक शो अरेंज हुआ है चैरिटी शो तो उसमें मैं अपने नाम पर हाँ जी उस शो के मैं गाया और मैं गा उसदे विच उस वक्त है सी गोरी वो सामने परफॉर्म कर रहे थे डांस वांस कर रही दिलदार भट्टी उस दे विच कंपेयर सन उस तो बाद वो फिल्म असी अपना गाना करके चले आए वो फिल्म दा कुछ पोर्शन मैं देखण चले ज़हूर गिलानी साहब मैंने मजबूर किया कि तू सिनेमे चल दे अच्छा सिनेमा पे वो फिल्म जाके देखे मैं चला गया जब वो गाना आया तो देखा को तो गोरी ने कमीज नीली पहनी हुई थी वो अभी भी मेरा ख्याल है वैसे नीली की नीली है हालांकि गाना था कमीज से रिकॉर्ड हाँ कमीज नीली पाई सी उन्हें हाँ नीली पाई सी तो फिर उस तो बाद दूसरी फिल्म जिंदगी जी उस पूरी फिल्म दे विच मेरा कोई डायलॉग नहीं तो मेरा ख्याल है कि साड़ी फिल्म की नाकामी जी है पूरी इंडस्ट्री की नाकामी तहकुमाना लहजे नाल मैनू घर आके क्या
بیٹا اس کی ایک وجہ تو یہ تھی کہ ان کے سامنے میں کھڑا نہیں ہو سکتا تھا، وہ مجھ سے بہت پیار کرتی تھی، شاید میں انڈسٹری میں واحد ہی آدمی ہوں جس کے ادارے کا انہوں نے اپنے ہاتھوں آ کے افتتاح کیا، حالانکہ ان دنوں ان کی طبیعت ٹھیک نہیں تھی، لیکن اس کے باوجود وہ میرا دل رکھنے کے لیے میرے اس اسٹوڈیو میں تشریف لائی اور اوپننگ کی اس کی، بہت احترام کرتی تھی، بہت پیار کرتی تھی مجھ پہ، اور میں اپنی بڑی بہنوں کی طرح، بڑے بزرگوں کی طرح ان کا احترام، بہت سینئر تھی، بہت بڑی آرٹسٹ. تو ایک فلم سانول اس کا نام تھا، تو اس فلم میں جو پروڈیوسر تھا اس نے کہا آپ نے میڈم کے ساتھ گانا گانا. اچھا سانول جب فلم شروع ہوئی ہے تو سانول صاحب ایسا نہیں یا بعد؟ نہیں سانول صاحب ہے سن ماشاء اللہ. اچھا لندن سن تھی اس نام تو کیتے ہونے کہ چلو میں اس وجہ تو بھی کر لوں. نہیں وہ پروڈیوسر نے شاید اس وجہ تو کہ سانول اودے بیٹے دا بھی نام سی سانول. اچھا اچھا انہیں بھی اپنے بیٹے دا نام سانول رکھیا. وہ صاحب سن اللہ غریق رحمت کرے وہ فوت ہو گئے. کن فلم سی فلم سانول پروڈیوسر جاوید حسن؟ جاوید حسن صاحب جاوید حسن ان کی فلم تھی. ان کی فلم تھی. اچھا لوگ تو اپنی فرصت کے لمحات میں سوری میں تمہاری بات کا بڑی خوبصورت بات ہے جی جی تو میں نے انکار کر دیا کہ میں میڈم کے ساتھ نہیں گا سکتا. نہیں گا سکتا تو انہیں پتہ چلا تو انہوں نے مجھے بلایا. میری خاصی خاطر توازو کی جو ان کا سٹائل تھا. میں نے کہا یہ بات نہیں کہ میں کوئی بڑا آرٹسٹ نہیں ہوں، میں آپ کے سامنے کھڑا ہو کے گا نہیں سکتا. ہاں ایک صورت میں ہے کہ آپ اپنا ٹریک کر دیں، میں بعد میں بعد میں آ کے کر دوں. وہ بھی پہلے ٹریک میں اپنا نہیں کروں گا، ہو سکتا ہے آپ کے کانوں میں میری آواز جائے تو پتہ نہیں آپ کیا میرے بارے میں سوچیں یا مجھے ڈانٹ پلائیں آپ کے میں نے کیا کیا، میں نہیں چاہتا. اور ان کی محبت، ان کی مہربانی کہ انہوں نے پہلے اپنا ٹریک کیا پھر میں نے بعد میں جا کے اپنا ٹریک. لیکن میرے کیریئر پہ یہ ہے کہ میں نے میڈم کے ساتھ میڈم کے ساتھ. اچھا سامل لالا جی نو دیکھتے ہوئے میکنگ سیکھ رہے ہو تھی ان شاء اللہ، اور بڑی مینوں تو بڑی خوشی اور بڑی امید نظر آ رہی ہے اگے. تو آپ ایکٹنگ والے پاسے نہیں دھیان پایا؟ شکل و صورت ہے الگی. بالکل جوانی والے ندیم صاحب نے دیکھی نا ہلکا جہ ہلکی جی سمائل جی ندیم صاحب کیوں لالا جی ہلکی جی. میں پہلے کہ میں کوئی مجبور نہیں کروں گا، جدھر جس طرف بچوں کا انٹرسٹ ہوتا ہے اسی طرف جانا چاہیے. وہ بندہ کام زیادہ کرنا جڑی پہلی فلم تسی اناؤنس کرو نا بہن بھرا مل کے انشاءاللہ تعالی اودے تسی آپ ضرور کام کرو. میں تو آپ کا سوچ رہا تھا رکھنے کے. میں تے انشاءاللہ تواڈے نال ہی ہاں. میں تے جس طرح کہو کہ بڑا بھرا ہاں میں تواڈا، جو مرضی مینوں چاچا کہو بھرا کہو میں تواڈے نال ہاں. میں نے اصل میں سنگنگ بہت لیٹ شروع کی جس کی وجہ سے میں ساری توجہ ادھر دینا چاہتا ہوں. اچھا اگلے پانچ چھ سال تک کم از کم. ہر ایکٹر گانا نہیں گا سکتا، سنگر ایکٹنگ کر سکتا ہے. اور تھی ان شاء اللہ گانا تو اپنا سیکھو گے، ایکٹنگ تھی کرو گے، اور میری منوں ان شاء اللہ کرو گے. میرا دل کرتا ہے تھی آؤ ضرور. اچھا لالا جی لوگ تو اپنے فرصت کے لمحات میں انٹرٹین ہونے کے لیے یا ریلیکس ہونے کے لیے آپ کو سنتے ہیں یا خوشی کے موقع پہ، آپ کس کو سنتے ہیں یا آپ اپنے فارغ وقت میں کیا چیز پسند کرتے ہیں کہ لانگ ڈرائیو پہ جائیں یا کیا کریں؟ کوئی ہوتا ہے نا کہ فارغ وقت میں انسان یہ اب میں یہی ہوتا ہے کہ ہارمونیم پکڑ لیتا ہوں اپنی تنہائی کے لمحوں میں اپنی تسکین کے لیے، کیونکہ اب گانا کچھ اور ہو گیا ہے جب جو ہم مارکیٹ میں بھیجتے ہیں. اب میں نے ایسے ایسے گانے بھی گائے ہیں، اتنی محنت کی ہے ان کے، لیکن وہ کسی نے پسند نہیں کی. اس دور میں میری تو زندگی کا یہ پورا حاصل ہے یہ جملہ کہ جو کچھ ہوتا ہے اوپر سے ہوتا ہے، ہم نے جس پہ کوشش کی ہے وہ نہیں چلا، جو لاشعوری طور پہ ہوا ہے وہ چلا. بالکل جتنا بھی کام میں نے لاشعوری طور پہ کیا ہے وہ ہٹ ہوا ہے، جتنا شعوری طور پہ جان جا رہی ہے اچھا بنے. بالکل اس میں میوزیشن ایک کلاس ہو، اس کی بندش بہت کمال ہو، اس کی سر اور لیگ میں پورا ہونا چاہیے، اور اس کے جو آرگنائز میوزک آرگنائز کرتا ہے وہ ایک کلاس ہو، ماحول وہ نہیں گانا نکل. اللہ تو عقل کام نے. بالکل جی محنت
ਤੇ ਤੁਸੀਂ ਫੁਰਸਤ ਦੇ ਲਮਾਦ ਵਿੱਚ ਆਪਣਾ ਬਾਜਾ ਸੁਣਦੇ ਹੋ, ਮੈਂ ਫੁਰਸਤ ਦੇ ਲਮਾਦ ਵਿੱਚ ਇਹਨਾਂ ਦੀਆਂ ਸੁਣਨਾ। ਪਹਿਲੇ ਤਾਂ ਮੈਂ ਕੋਸ਼ਿਸ਼ ਕਰਨਾ ਕਿ ਫੁਰਸਤ ਨਾ ਆਏ, ਕਿਉਂਕਿ ਫਿਰ ਮੈਨੂੰ ਸੁਣਨੀਆਂ ਮਸਰੂਫ ਰਹੂ, ਮਸਰੂਫ ਹੀ ਰਹੇਗੀ। ਨਹੀਂ, ਇੱਕ ਉਮਰ ਆਉਂਦੀ ਹੈ ਇਹਨਾਂ ਨੂੰ ਸੁਣਨ ਦੀ, ਹੁਣ ਅਸੀਂ ਉਸ ਉਮਰ ਤੋਂ ਗੁਜ਼ਰ। ਚਲੋ, ਉਹ ਵੀ ਬਾਤ ਹੋ ਗਈ ਆਪਕੀ, ਉਸ ਉਮਰ ਕੀ ਵੀ ਬਾਤ ਕਰਤੇ ਹੈ। ਆਗੇ ਬ੍ਰੇਕ ਮੇ ਚਲਤੇ ਹੈਂ, ਫਿਰ ਆਗੇ ਬਾਤ ਕਰਤੇ ਹੈਂ ਉਸ ਉਮਰ ਕੀ। ਹਾਂ ਜੀ, ਉਸ ਉਮਰ ਦੀ। ਆਤੇ ਹੈਂ ਛੋਟੇ ਸੇ ਬ੍ਰੇਕ ਕੇ ਬਾਅਦ, ਸਟੇ ਵਿਦ ਅਸ। ਭਾਜੀ, ਆਪਣਾ ਚੈਨਲ, ਆਪਣੇ ਲੋਕ, ਆਪਣੇ ਅਤਾਉਲਾ ਇਸਾ ਖੇਲ ਵੀ, ਤੇ ਆਪਣਾ ਪਾਕਿਸਤਾਨ। ਆਇਆਂ ਨੂੰ ਜੀ ਮੋਰਨਿੰਗ ਵਿਦ ਰੈਂਬੋ ਐਂਡ ਸਾਹਿਬਾਂ ਦੇ ਨਾਲ। ਹੱਸਦੇ ਰਹੋ, ਵੱਸਦੇ ਰਹੋ, ਖਾਂਦੇ ਰਹੋ, ਜੀਂਦੇ ਰਹੋ। ਅਤੇ ਈਸਾ ਖੇਲ ਦੇ ਵਿੱਚ ਕਿਸ ਕਿਸਮ ਦੀਆਂ ਅੱਜ ਸ਼ੋਰ ਸ਼ਰਾਬੇ ਪੂਰੇ ਪਾਕਿਸਤਾਨ ਵਿੱਚ ਹੋਣੇ, ਲੇਕਿਨ ਉੱਧਰ ਖਾਸ ਮੀਆਂ ਵਾਲੀ ਸਾਈਡ ਦੇ ਅੱਜ ਜਿਹੜੇ ਨਾ ਮੇਰੇ ਭੈਣ ਭਰਾ ਬੜੇ ਖੁਸ਼ ਹੋਣੇ ਨੇ ਜੀ। ਬੜੀਆਂ ਫਰਮਾਇਸ਼ਾਂ ਸਨ ਅੱਜ ਪੂਰੀਆਂ ਹੋਈਆਂ ਨੇ ਜੀ। ਜੀ ਅੱਛਾ ਜੀ, ਪਹਿਲੇ ਪੁੱਛ ਲੈਂਦੇ ਅੱਜ ਖਾਣੇ ਪੀਣੇ ਮੈਂ ਕਿਆ ਪਸੰਦ ਕਰਦੇ ਹੈ, ਕਿਉਂਕਿ ਲੋਕ ਜੋ ਹੈ ਉਹ ਵੀ ਜਾਣਨਾ ਚਾਹਤੇ ਹੈ ਕਿ ਜੋ ਮਿਲ ਜਾਏ। ਕੋਈ ਦੇਸੀ ਕੋਈ ਖਾਸ ਨਹੀਂ, ਮੈਂ ਮਤਲਬ ਬਿਰਿਆਨੀ ਹੁੰਦੀ ਹੈ, ਪਾਲਕ ਗੋਸ਼ਤ ਹੁੰਦਾ ਹੈ। ਮੈਨੇ ਇੰਟਰਨੈਸ਼ਨਲੀ ਬਹੁਤ ਟਰੈਵਲ ਕੀਆ, ਪਾਕਿਸਤਾਨ ਮੇਂ ਬਹੁਤ ਜਗ੍ਹਾ ਪੇ ਗਿਆ ਹੂੰ, ਔਰ ਹਰ ਇੱਕ ਚੀਜ਼ ਕਾ ਮੈਨੇ ਅਪਣਾ ਹੀ ਰੂਪ ਹੈ। ਕਿਸੇ ਹਰ ਚੀਜ਼ ਨੂੰ ਪਸੰਦ। ਲਓ ਜੀ, ਇਹ ਵੀ ਅੱਜ ਕਮਾਲ ਹੋਇਆ, ਵਰਨਾ ਜ਼ਰੂਰ ਕਿਸੇ ਨਾ ਕਿਸੇ ਨੂੰ ਇੱਕ ਚੀਜ਼ ਪਸੰਦ ਹੁੰਦੀ ਹੈ, ਔਰ ਦੋਏ ਬਾਪ ਬੇਟਿਆਂ ਨੂੰ ਮਾਸ਼ਾਅੱਲਾ ਕਹਿੰਦੇ ਨੇ ਜੀ, ਜੋ ਆ ਜਾਏ ਅਲਹਮਦੁਲਿਲਾ। ਚਲੇ ਹਮ ਵੀ ਦਿਖਾਤੇ ਹੈਂ ਆਪਕੋ ਇੱਕ ਰੈਸਪੀ ਦਿਖਾਤੇ ਹੈਂ। ਜੀ, ਰੈਸਪੀ ਆਫ ਦਾ ਡੇ। ਅਨਾਨਾਸ ਰਿਪਨ ਬਣਾਉਣ ਲਈ ਸਭ ਤੋਂ ਪਹਿਲਾਂ ਅਨਾਨਾਸ, ਪਨੀਰ ਤੇ ਅੰਗੂਰ ਦੇ ਛੋਟੇ ਛੋਟੇ ਟੁਕੜੇ ਕੱਟ ਲਓ। ਫਿਰ ਉਹਦੇ ਵਿੱਚ ਨਮਕ, ਕਾਲੀ ਮਿਰਚ ਪਾਊਡਰ ਤੇ ਨਿੰਬੂ ਦਾ ਰਸ ਪਾ ਦਿਓ, ਤੇ ਫਿਰ ਉਹਦੇ ਤੇ ਪਾਓ ਮਿਆਨੀ ਸੌਸ ਤੇ ਉਹਨੂੰ ਚੰਗੀ ਤਰ੍ਹਾਂ ਨਾਲ ਮਿਕਸ ਕਰ ਲਓ। ਜਦੋਂ ਉਹ ਤਿਆਰ ਹੋ ਜਾਏ ਤੇ ਫਿਰ ਇਹਨੂੰ ਡੈਕੋਰੇਟ ਕਰੋ ਸਲਾਈਸ ਵਿੱਚ ਕੱਟੇ ਖੀਰੇ, ਟਮਾਟਰ, ਮੌਸਮੀ ਤੇ ਕਾਲੇ ਅੰਗੂਰਾਂ ਦੇ ਨਾਲ। ਜੀ, ਰੈਸਪੀ ਹੋ ਗਈ ਜੀ, ਹੁਣ ਸਾਡੇ ਕੋਲ ਜੀ ਰੈਪਿਡ ਫਾਇਰ। ਅਬ ਇੱਕ ਰੈਪਿਡ ਫਾਇਰ ਹੈ, ਇਸਮੇ ਹਮ ਆਪਸੇ ਕੁਛ ਕੁਐਸਚਨਸ ਪੁੱਛ ਰਹੇ ਹੈਂ, ਸਾਥ ਆਪਸ਼ਨਸ ਵੀ ਦੇ ਰਹੇ ਹੈਂ, ਤੋ ਆਪਨੇ ਏਕ ਨਾਮ ਜ਼ਰੂਰ ਬਤਾਨਾ ਹੈ। ਇੰਨੀ ਮੇਂ ਸੇ, ਠੀਕ ਹੈ, ਥੋੜਾ ਸਾ ਪ੍ਰੋਗਰਾਮ ਕੋ ਔਰ ਜ਼ਰਾ ਹਸੀ ਮਜ਼ਾਕ ਮਿਲੇ ਹੈ, ਸੀਰੀਅਸ ਬਾਤੇਂ ਹੋ ਰਹੀ ਹੈਂ। ਤਿਆਰ ਹੋ ਜੀ? ਜੀ, ਚਲੋ ਤਿਆਰ ਕੀ। ਹਾਂ ਜੀ, ਜੀ ਲਾਲਾ ਜੀ, ਆਪਸੇ ਸਵਾਲ ਹੈ ਕਿ ਜ਼ਿੰਦਗੀ ਮੇਂ ਕਿਆ ਚੀਜ਼ ਅਹਿਮ ਔਰ ਖੂਬਸੂਰਤ ਹੈ, ਦਿਲ ਲਗੀ, ਆਵਾਰਗੀ ਜਾਂ ਇਸ਼ਕ? ਇਸ਼ਕ, ਇਸ਼ਕ ਜ਼ਰੂਰੀ ਔਰ ਖੂਬਸੂਰਤ ਹੈ। ਇਸ਼ਕ ਦੇ ਬਗੈਰ ਕੁਛ ਨਹੀਂ, ਮੁੱਛ ਨਹੀਂ ਤੇ ਕੁਛ ਨਹੀਂ, ਇਸ਼ਕ ਨਹੀਂ ਤੇ ਕੁਛ ਨਹੀਂ, ਆਵਾਰਗੀ ਇਸ਼ਕ ਸੇ ਹੋਤੀ। ਅੱਛਾ ਲਾਲਾ ਜੀ, ਅਗਰ ਸਾਡੀ ਭੈਣ, ਸਾਡੀ ਭਰਜਾਈ ਤੁਹਾਨੂੰ ਘਰ ਦੀ ਕੁਝ ਜ਼ਿੰਮੇਵਾਰੀ ਇੱਕ ਦੇਣਾ ਚਾਹੁੰਦੇ ਕਿ ਇੱਕ ਕੰਮ ਤੁਸੀਂ ਕਰਨਾ ਹੈ ਖੁਸ਼ੀ ਨਾਲ, ਉਹ ਕਿਹੜਾ ਕਰੋਗੇ? ਖਾਣਾ ਪਕਾਉਣਾ, ਕੱਪੜੇ ਧੋਣਾ, ਘਰ ਦਾ ਸੌਦਾ ਸਲਫ ਲਿਆਉਣਾ, ਜਾਂ ਘਰ ਦੀ ਸਫਾਈ ਕਰਨਾ? ਘਰ ਦੀ ਸਫਾਈ ਕਰ। ਅੱਛਾ, ਇਹ ਬੜੀ ਅੱਛੀ ਗੱਲ ਹੈ। ਮੈਂ ਆਪ ਦੇਖੋ ਨਾ, ਅਸੀਂ ਇੱਕ ਦੂਸਰੇ ਦਾ ਕੰਮ ਕਰਨੇ ਹਾਂ, ਮੈਂ ਇਹਨਾਂ ਦੇ ਨਾਲ ਖਾਣਾ ਪਕਾਉਣਾ, ਇਹ ਮੇਰੇ ਨਾਲ ਕੱਪੜੇ ਧੋਂਦੇ, ਅਸੀਂ ਇਹ ਤਾਂ ਇਹ ਅੱਛੀ ਗੱਲ ਹੈ। ਆਪਸ ਕੀ ਅੰਡਰਸਟੈਂਡਿੰਗ ਹੈ ਨਾ, ਹਾਲਾਂਕਿ ਦੋਵੇਂ ਕੰਮ ਇਹਨਾਂ ਦੇ ਨੇ। ਵੈਸੇ ਮੈਨੂੰ ਲਾਨ ਬਣਾਉਣੇ ਕਾ ਬਹੁਤ ਸ਼ੌਕ। ਲਾਨ, ਲਾਨ ਬਣਾਉਣਾ, ਅੱਛਾ, ਬਾਗਬਾਨੀ, ਗਾਰਡਨਿੰਗ, ਬਾਗਬਾਨੀ ਕਰਨਾ। ਅੱਛਾ ਜੀ, ਸਾਵਲ ਸੇ ਵੀ ਕੁਛ ਪੁੱਛਤੇ ਹੈ, ਕਿਉਂਕਿ ਇਨਕਾ ਫਿਲਮ ਕੀ ਤਰਫ ਜ਼ਰਾ ਇੰਟਰਸਟ ਹੈ। ਅੱਛਾ ਜੀ, ਅਮੈਰੀਕਨ ਪ੍ਰੈਜ਼ੀਡੈਂਟ ਓਬਾਮਾ ਅਗਰ ਐਕਸ਼ਨ ਫਿਲਮ ਮੇਂ ਹੀਰੋ ਆਏ, ਤੋ ਆਪ ਹੀਰੋਇਨ ਕਿਸ ਕੋ ਲੈਣਾ ਪਸੰਦ ਕਰੇਂਗੇ? ਕਸ਼ਮਾਲਾ ਤਾਰਿਕ, ਸ਼ਾਜ਼ੀਆ ਮਰੇ ਜਾਂ ਸ਼ਰਮੀਲਾ ਫਾਰੂਕੀ? ਕਸ਼ਮਾਲਾ, ਕਸ਼ਮਾਲਾ, ਠੀਕ ਹੈ। ਹਾਲਾਂਕਿ ਨਾਮ ਚਿਹਰੇ ਮੁਝੇ ਕਿਸੇ ਕੇ ਯਾਦ ਨਹੀਂ ਹੈ, ਨਾ ਮੈਂ ਲੋਗੋ ਮੈਂ ਇੰਟਰਸਟਿਡ। ਅੱਛਾ, ਲੇਕਿਨ ਪਤਾ ਤਾਂ ਹੈ। ਅੱਛਾ ਜੀ, ਤਿੰਨ ਸਾਡੇ ਕੋਲ ਬੜੇ ਅੱਛੇ ਲਾਲਾ ਜੀ ਨਾਂ ਨੇ, ਸਿੰਗਰ ਨੇ ਸਾਡੀਆਂ ਬੜੀਆਂ ਨਾਮਵਰ, ਪਰ ਤੁਸੀਂ ਅੱਜ ਦੁਗਾਣਾ ਅਗਰ ਕਰਨਾ ਚਾਹੋ ਤਾਂ ਤੁਸੀਂ ਕੀ ਸਮਝੋਗੇ ਕਿ ਕਿਹਦੇ ਨਾਲ ਬਿਹਤਰੀਨ ਦੁਗਾਣਾ ਰਿਕਾਰਡ ਹੋ ਸਕਦਾ? ਨਸੀਬੋ ਲਾਲ, ਮਨਾਜ਼ ਬੇਗਮ ਔਰ ਸਲਮਾ ਆਵਾ? ਸਲਮਾ
सलमा अगर के साथ तो मैंने गाया है, लेकिन मेरी ख्वाहिश है महनाज के साथ। महनाज के साथ, महनाज बड़ी सुरीली सिंगर, क्या बात। अच्छा जी, मैं फिर सावल से पूछूंगी कि अगर आप आगे इंशाल्लाह गाना गा रहे हैं, गाना सीख रहे हैं, तो अगर आप गाना गाना चाहें और कोई एल्बम बनाना चाहें तो किसके साथ बनाना चाहेंगे, ब्रिटनी स्पीयर्स, शकीरा या जैनट जैक्सन? जैनट जैक्सन, जैनट जैक्सन, माइकल जैक्सन की वजह से मैं उनका बहुत बड़ा फैन। क्या बात, बहुत ज़्यादा। वाह, अच्छा लाला जी, तीन साढ़े फोक सिंगर ने, अगर तुम इन्हों नंबर तरतीब दो तो किमें दोगे? एक दो तीन, अल्लाह दिता लूने वाला, मंसूर मलंगी, अकरम राई। ये तीनों ही बहुत बड़े सिंगर हैं, लेकिन मंसूर मलंगी टॉप ते हैं। इन्हें चो तरतीब दे नाल टॉप ते, इन्हें चो नहीं, साढ़े सारे चो। अच्छा, ओए ये ते क्या बात है। ते उस बाद अल्लाह दिता या अकरम राई? अल्लाह दिता, अल्लाह दिता, फिर अकरम राई साहब। जी जी सावर, अच्छा कौन सा पॉप सिंगर आप सुनना पसंद करेंगे, नजम शिराज, आतिफ असलम या अली जफर? अली जफर, अली जफर। अच्छा लाला जी, शादी की है पछतावा, खुशी या वो लड्डू जो खाए पछताए, जो ना खाए वो भी पछताए? ये अपने अपने नसीब की बात होती है, किसी के लिए वो अच्छा लड्डू साबित होता है, किसी को बुरा लड्डू साबित होता है। लेकिन है लड्डू, ये लड्डू है, लेकिन नसीब की बात हो, अच्छी बीवी इसी दुनिया में जन्नत, जन्नत है बेशक। देखें इनको जन्नत मिली हुई है ना फिर। हाँ जी, दुनिया में कुछ ही कैसे मेरे को लोग तो पूछो, मेरे तक ही गुजर रही है ये क्या बात। अच्छा जी, अच्छा लाला जी, कुछ नाम हैं, कुछ पर्सनैलिटीज हैं, इनको देखकर आपके दिल में, जहन में क्या ख्याल आता है, इनकी एक दो लफ्जों में तारीफ करनी होगी? एक लफ्ज दसना है। मेहंदी हसन साहब, मेहंदी हसन बहुत बड़े कलाकार, बहुत बड़े कलाकार। दिलदार परवेज भट्टी, बहुत बड़े कंपेयर, बहुत बड़े कंपेयर। सुल्तान राई साहब, बहुत बड़े एक्टर, एक्टर। मैडम नूरजहां, बहुत बड़ी सिंगर, बहुत बड़ी सिंगर, बहुत बड़ी सिंगर, हाँ तीन दफ़ा बहुत बड़ी, वाह जी वाह। शौकत अली साहब, शौकत अली मेरे उस्तानी रूहानी उस्ताद कहे, रूहानी उस्ताद, रूहानी उस्ताद। अच्छा, नुसरत फतेह अली खान, उनके कदमों में बैठ के बहुत कुछ सीखा मैंने। अच्छा, शेख रशीद, शेख रशीद की एक अच्छी बात है कि वो शादी नहीं करते। ये क्वालिटी है, ये उसमें अच्छी क्वालिटी है। कभी मिला तो पूछेंगे कि तरीका क्या है शादी न करने का। अच्छा, और ना है रेशमा जी, रेशमा बड़ी महान फोक सिंगर, बहुत 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 बड़ी फोक सिंगर, आजकल बीमार ने, अल्लाह उन्होंने सेहत दे रहे हैं। अच्छा जनाब, रहमत नाल नवाज, फारिग वक्त एक पहले भी सवाल आया सी कि तुसी हारमोनीयम लैके बह जाते हो, अगर हारमोनीयम नहीं है तुहाडे कोल, तुसी किधरे होर गए, उत्थे हारमोनीयम नहीं, और तुसी एक दिन रात गुजारना है तो फारिग हो, तो वीडियो ते किहड़ी फिल्म देखना चाहोगे तुसी, कॉमेडी, रोमांटिक या एक्शन? पाकिस्तानी या बाहर दी जी, कोई भी जिहड़े मर्जी दिल करे। पाकिस्तानी तो मैं तेरी वेख लवांगा, बर्दाश्त कर लवांगा, मेरे लिए आजाद होया ना फिर बर्दाश्त कर लवांगा। पाकिस्तानी देखोगे तो मैं मेरी फिल्म बर्दाश्त कर लूंगा, तो कोई और देखोगे तो और कॉमेडी या कॉमेडी देखो, वोटिंग जिहड़ी है कॉमेडी तो ज्यादा है। जी जनाब, हुण की रैपिड फायर तो हो गया, अब लास्ट हमारा सेगमेंट है एक्ट ऑफ द डे, पहले चलते हैं एक्ट ऑफ द डे की तरफ। जी, जनाब अली, एक्ट ऑफ द डे, बातें तो बहुत मजेदार हो रही थी, लेकिन अब जो नाजरीन इंतजार कर रहे हैं ना जी, वो बड़ी देर तो उन्होंने सोचा होना है कि अल्ले तक इन्होंने किया क्यों नहीं, साड़ी फरमाइश क्यों नहीं पूरी हुई। जी, पहले एक्ट ऑफ द डे जूनियर, जूनियर आपने कहा था कि मोहम्मद रफी साहब का गाना है, तो एक दिमाग में है मेरे सावर, तो आपकी स्माइल इतनी को अच्छी है ना माशाल्लाह। जी, हो कभी खुद पे, कभी खुद पे, कभी हालात पे रोना आया, कभी खुद पे, कभी हालात पे रोना आया, बात निकली तो हर एक बात पे
रोना आया कभी खुद पे। ओ हम तो समझे थे कि हम भूल गए हैं उनको, हम तो समझे थे कि हम भूल गए हैं उनको, क्या हुआ आज ये किस बात पे रोना आया, क्या हुआ आज ये किस बात पे रोना आया, कभी खुद पे कभी हालात पे रोना आया, कभी खुद पे। वाह वाह वाह, बहुत जिंदे रहो, क्या बात है लाला जी, है प्लेबैक सिंगर है, कच्चा काम नहीं सी, बड़ा पक्का पक्का काम है। वाह वाह वाह, माशाल्लाह माशाल्लाह, बहुत बहुत हंसते हंसते रहो सावल साहब, और अपने वालों तो चुकना ना बढ़ाओ, माशाल्लाह जी। लाला जी हुण जरा साढ़े वो भैन भरा जो लाला जी के इंतजार है सन, दिल लगाया था, दिल लगी। मैं भी सुनाऊं। अच्छा कुछ हमें घर की तरफ से भी फरमाइशें आई हुई हैं, वो अली शनू ने क्या कहा था, क्या क्या गाने हमें फरमाइश आई है जी, मेरे ससुराल वालों मैडम फिरदौस के बेटे ने जी अली, उन्होंने मैं सवेरे सवेरे फोन पर दसिया जी, मैं क्या टी वी खोल लो लाला जी आ रहे हैं, उन्हें कहा जी दिल लगाया था, दिल लगी के लिए उन्होंने कहना कि जी जरूर सुना। पहले एक शेर मैं अपनी मर्जी, जी जी एक अपनी मर्जी जी। वे बोल सावल नरोली सानू वेखी कंडिया दे विच नतुरोली सानू, वे बोल सावल वगदी रावी विच सुट्टा छलियां वगदी सुट्टा छलियां, नी मैं किन्नू किन्नू दसां माही नाल चलियां, वे बोल सावल। वाह जी वाह, क्या बात, क्या बात है जी, ए तुहाडी अपनी सी फरमाइश ते हुण इक साडी फरमाइश पूरी करो। कैसी है फिर मैडम फिर बहुत माशाल्लाह ठीक, बड़े बड़े मुलाकात हो तो मेरे सलामत की जरूर वाले जमाने नाल ते हुंदी रहंदी है मुलाकात, मेरे सलामत, और ऐसी खातून भी क्या बात, क्या बात, क्या बात, क्या बात जी, क्या जमाना था जी, क्या फरमाइश, दिल लगाया था शनो साहब, दिल लगाया था दिल लगी के लिए बन गया रोग जिंदगी के लिए, दिल लगाया था दिल लगी के लिए, जो ना करना था वो भी कर डाला, जो ना करना था वो भी कर डाला, हमने जालिम तेरी खुशी के लिए दिल लगाया था दिल लगी के लिए। वाह जी वाह, बहुत बहुत शुक्रिया लाला जी, क्या बात है, क्या बात है। अच्छा लाला जी एक बड़ी सवाल मेरे दिमाग में आ रहा है, पहले भी आया तो गल अगे किधर निकल गई है, बड़े लोगों नु तुसी नचाया, बड़े बड़े सफेद पोश लोगों नु तुसी अन्ने वा नचाया, जिन्हें पाँव नहीं उठाना आता था उन्होंने भी तुसी नचाया, जदों भी कोई प्रोग्राम देखो टैलीविजन पर किधरे भी कोई महफिल कोई वीडियो देख रहे हो तो वो कोई बंदा तो कदे किसी ने बह के नहीं सुने तो कभी आप भी मुहब्बत की गल है, मैं एक अजीब जी गल समझ, मेरी गायकी का खास वो है
कि मैं गाना गा रहा हूँ इधर जिंदगी का जनाजा उठेगा तो लोग नाच रहे हैं इधर जिंदगी का जनाजा उठेगा तो लोग नाच रहे हैं। मैं तुहाड़े आने तो पहले गल कर रहा सां कि क्रेज क्रेज की गल है जी कि अल्लाह ताला ने जो तुहानू क्रेज विखाया शायद ही किसी के नसीब च होना हो। असं जिक्र कर रहे माइकल जैक्सन की टिकट लेंदे हो तुसीं ते बाहर रह के आए तुहानू पता ही है कि लोग पैरों थले आके मरते हैं इस तरह दी गल्लां सी सुनियां ने ਤੁਹਾਡੇ ਬਾਰੇ ਵਿੱਚ ਇੱਕ ਗੱਲ ਸੁਣੀ ਸੀ ਕਿ ਤੁਹਾਡੇ ਦੇਖਣ ਵਾਸਤੇ ਕੋਈ ਇੰਨਾ ਕੋਈ ਰਸ਼ ਇੱਕ ਜਗ੍ਹਾ 'ਤੇ ਇਕੱਠਾ ਹੋ ਗਿਆ ਸੀ ਦਰੱਖਤਾਂ ਤੋਂ ਕੋਈ ਡਿੱਗ ਕੇ ਬੰਦੇ ਮਰ ਗਏ ਸਨ ਕੋਈ ਕੀ ਹੋਇਆ ਸੀ? ਉਹ ਉੱਥੇ ਤਾਂ ਹਾਲਾਤ ਮਾਹੌਲ ਐਸਾ ਬਣਾਇਆ ਰਹਿੰਦਾ ਜੀ ਯਾਨੀ ਮਾਈਕਲ ਜੈਕਸਨ ਵਾਸਤੇ ਜੀ ਜੀ ਅਸੀਂ ਤਾਂ ਐਸੇ ਹਾਲਾਤ ਦੇ ਵਿੱਚ ਗਾਣਾ ਗਾਣਾ ਬੜੀ ਮੁਸ਼ਕਿਲ ਗੱਲ ਹੈ ਲੇਕਿਨ ਅਲਹਮਦੁਲਿਲਾ ਮੇਰੇ ਕੋਲ ਐਸਾ ਰਿਕਾਰਡ ਹੈ ਕਿ ਜਿਹੜਾ ਸ਼ਾਇਦ ਛੋਟਾ ਮੂੰਹ ਵੱਡੀ ਗੱਲ ਹੁੰਦੀ ਕਿ ਇਸ ਮੁਲਕ ਦੇ ਜਿਤਨਾ ਇੱਕ ਇਹ ਮੁਲਕ ਹੈ ਕਿਤਨਾ ਬੜਾ ਅਮਰੀਕਾ ਹੈ ਅਤੇ ਕਿਤਨਾ ਪਾਕਿਸਤਾਨ ਹੈ। ਅਸੀਂ ਉਸ ਤੋਂ ਜ਼ਿਆਦਾ ਕਰਾਊਡ ਪੁੱਲ ਕੀਤਾ ਆਪਣੇ ਮੁਲਕ ਦੇ ਵਿੱਚ ਉਸ ਐਵਰੇਜ ਦਾ ਹਿਸਾਬ ਲਾਇਆ ਐਵਰੇਜ ਦਾ ਹਿਸਾਬ ਲਾਇਆ ਬਿਲਕੁਲ ਅਤੇ ਉਹਨਾਂ ਹਾਲਾਤ ਦੇ ਵਿੱਚ ਨਾ ਸਾਡੇ ਕੋਲ ਸਾਊਂਡ ਸਿਸਟਮ ਨਾ ਸਾਡੇ ਕੋਲ ਬਾਕਾਇਦਾ ਸਟੇਜ ਮਤਲਬ ਸਟੇਡੀਅਮ ਦੇ ਵੀ ਸ਼ੋਰ ਹੈ ਉਹ ਸਾਊਂਡ ਵੀ ਨਹੀਂ ਜਿਹੜਾ ਉਹਨਾਂ ਕੋਲ ਜਿਹੜਾ ਉਹਨਾਂ ਕੋਲ ਹੈ ਔਰ ਉਹਨਾਂ ਦੀਆਂ ਜਿਹੜੀਆਂ ਵੱਡੀਆਂ ਨਾਲ ਹਾਂਜੀ ਸਕਰੀਨਾਂ ਵੀ ਚੱਲ ਰਹੀਆਂ ਹੁੰਦੀਆਂ ਬੜਾ ਸਿਸਟਮ ਔਰ ਮਿਊਜ਼ੀਸ਼ੀਅਨਾਂ ਦੀ ਇੱਕ ਅਨਗਿਣਤ ਲਾਈਨ ਹੁੰਦੀ ਹੈ ਅਤੇ ਬੜੇ ਉਹਨਾਂ ਦੇ ਸਿਸਟਮ ਬਹੁਤ ਜ਼ਿਆਦਾ ਸਾਰਾ ਸਿਸਟਮ ਹੁੰਦਾ ਲੇਕਿਨ ਅਸੀਂ ਜਿਹੜੇ ਸਿਸਟਮ ਵਿੱਚ ਯਾਨੀ ਜਿਸ ਸਿਸਟਮ ਵਿੱਚ ਤੁਸੀਂ ਅਦਾਕਾਰੀ ਕਰ ਰਹੇ ਅਸੀਂ ਉਸ ਸਿਸਟਮ ਵਿੱਚ ਗਾ ਰਹੇ ਹਾਂ ਇਹ ਵੱਡੀ ਗੱਲ ਇਹ ਮੈਂ ਸਮਝਦਾ ਕਿ ਇਸ ਫਨ ਦੀ ਇੱਕ ਅਲੱਗ ਤਰੀਕੇ ਨਾਲ ਖਿਦਮਤ ਕੀਤੀ ਜਾ ਰਹੀ ਹੈ ਜਿਹੜੀ ਉਹਨਾਂ ਲੋਕਾਂ ਨੂੰ ਨਸੀਬ ਔਰ ਇਸੇ ਸਾਊਂਡ ਸਿਸਟਮ 'ਤੇ ਤੁਹਾਡੀ ਆਵਾਜ਼ ਅੱਲਾਹ ਦੇ ਫਜ਼ਲ ਨਾਲ ਅਗਰ ਅਲਹਮਦੁਲਿਲਾ 100,000 ਬੰਦਾ ਬੈਠਿਆ ਅਤੇ ਆਖਰੀ ਲਾਈਨ ਤੱਕ ਵੀ ਗਈ ਹੈ ਅਲਹਮਦੁਲਿਲਾ ਔਰ ਉਹਨੂੰ ਵੀ ਉਨਾ ਹੀ ਮਜ਼ਾ ਆ ਰਿਹਾ ਜਿੰਨਾ ਪਹਿਲੀ ਲਾਈਨ ਵਾਲਾ ਬੰਦਾ ਹੈ ਉਹਨੂੰ ਮਜ਼ਾ ਆ ਤੁਹਾਡਾ ਕਰਮ ਹੈ ਆਕਾ ਕੀ ਬਾਤ ਆ ਬਖਤ ਬਣੀ ਯਾਦਗਾਰ ਬੜੇ ਜੋ ਟੀਵੀ ਪੇ ਬੋਲਣ ਵਾਲੇ ਨਹੀਂ ਬੜੇ ਬੜੇ ਕੋਈ ਉਹਨੂੰ ਹਲਕਾ ਜਿਹਾ ਸੈਂਸਰ ਕਰਕੇ ਥੋੜੇ ਜਿਹੇ ਨਾ ਜਰਾ ਕੱਪੜੇ ਜੇ ਪਵਾ ਕੇ ਸੁਣਾ ਦਿਓ। ਮੈਂ ਇੱਕ ਸ਼ੋਅ ਪੇ ਗਿਆ ਇਸਲਾਮਾਬਾਦ ਸਾਈਡ ਪੇ ਦਾ ਅੱਛਾ ਤੋ ਹਮੇ ਦੂਰ ਸੇ ਮਜਮਾ ਯਾਨੀ ਕਿ 60-70,000 ਕਾ ਮਜਮਾ ਨਜ਼ਰ ਆਨੇ ਲੱਗ ਪਿਆ ਤੋ ਹਮ ਸਟੇਜ ਪੇ ਗਏ ਤੋ ਸਟੇਜ ਪੇ 150-200 ਬੰਦਾ ਖੜਾ ਹੁਆ ਥਾ ਪਹਿਲੇ ਹਮਾਰੀ ਜਗ੍ਹਾ ਨਹੀਂ ਥੀ ਜਾਣੇ ਕੀ ਬੜੀ ਮੁਸ਼ਕਿਲ ਜਬ ਜਾ ਕੇ ਬੈਠੇ ਹੈ ਤੋ ਮੇਰਾ ਮੈਨੇ ਗੌਰ ਕੀਆ ਅਗਲੀ ਫਰੰਟ ਦੋ ਤਿੰਨ ਰੋਜ਼ ਪੇ ਤੋ ਲੋਕ ਜੋ ਘਰੋਂ ਮੇ ਲੋਟੇ ਇਸਤੇਮਾਲ ਕਰਤੇ ਉਨਸੇ ਪਾਣੀ ਪੀ ਰਹੇ ਥੇ ਵੋ ਉੱਠਣਾ ਨਹੀਂ ਚਾਹ ਰਹੇ ਥੇ ਕਿ ਉਨਕੀ ਜਗ੍ਹਾ ਕਹੀਂ ਨਾ ਖਤਮ ਹੋਏ 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 ਤੋ ਵੋ ਵਹਾਂ ਸੇ ਉੱਥੇ ਜਿਹੜੇ ਲੋਟੇ ਹੱਥ ਮੂੰਹ ਧੋਣ ਵਾਸਤੇ ਰੱਖੇ ਸਨ ਉਹ ਉਨਸੇ ਪਾਣੀ ਪੀ ਰਹੇ ਔਰ ਜਪਾਨ ਮੇ ਮੈਨੇ ਬਹੁਤ ਬਹੁਤ ਦੇਖਾ ਆਕਸ਼ਨ ਮੇ ਮੈਂ ਗਾੜੀਆਂ ਦੇਖਣੇ ਕੇ ਲੀਏ ਗਿਆ ਵਹਾਂ ਸੇ ਪਾਪਾ ਕੇ ਫੈਨ ਨਿਕਲ ਆਏ ਮੈਨੇ ਕਿਹਾ ਮੈਂ ਕੁਛ ਕਾਮ ਕਰਨੇ ਕੇ ਲੀਏ ਆਇਆ ਹੂੰ ਆਪ ਕਿਧਰ ਲੈ ਗਏ ਮੁਝੇ ਤੋ ਵਹਾਂ ਪੇ ਦੋ ਤਿੰਨ ਰੋਜ਼ ਅਗਲੀ ਜੈਪਨੀਜ਼ ਸੇ ਪਲੇ ਕਾਰਡ ਉਠਾਏ ਹੋਏ ਜੈਪਨੀਜ਼ ਲੋਕ ਬੈਠੇ ਹੋਏ ਜੋ ਉਨਕੇ ਸੁਣਨਾ ਚਾਹ ਰਹੇ ਇਨਕੇ ਪੋਸਟਰਸ ਉਠਾਏ ਹੋਏ ਨੈਚੁਰਲੀ ਬਹੁਤ ਹੀ ਪ੍ਰਾਊਡ ਫੀਲ ਹੋਤਾ ਹੋਗਾ ਸਕੂਲ ਮੇ ਕੋਈ ਐਸਾ ਵਾਕਿਆ ਹੁਆ ਹੋ ਸਕੂਲ ਮੇ ਅਜੀਬ ਸੀ ਬਾਤ ਹੈ ਨਹੀਂ ਹੁਆ ਨਹੀਂ ਹੁਆ ਸਕੂਲ ਪਤਾ ਨਹੀਂ ਸੀ ਪਤਾ ਨਹੀਂ ਦੱਸਿਆ ਨਹੀਂ ਹੋਣਾ ਤੁਸੀਂ ਕਦੇ ਸਕੂਲ ਨਹੀਂ ਗਏ ਬੱਚਿਆਂ ਦੇ ਉੱਥੇ ਲੰਡਨ ਨਹੀਂ ਗਏ ਇੱਥੇ ਮੈਂ ਗਿਆ ਇਹਨਾਂ ਦੇ ਫੰਕਸ਼ਨ ਵੀ ਕੀਤੇ ਅੱਛਾ ਉੱਥੇ ਨਹੀਂ ਕਦੇ ਗਏ ਕਿਉਂਕਿ ਉੱਥੇ ਜ਼ਾਹਿਰ ਹੈ ਉੱਥੇ ਏਸ਼ੀਅਨ ਵਿੱਚ ਪੜ੍ਹਦੇ ਹੋਣਗੇ ਮਸਲਾ ਇਹ ਹੈ ਅੰਗਰੇਜ਼ੀ ਮੁੱਕ ਜਾਂਦੀ میں نے زیادہ اکثر میری عادت نہیں لوگوں کو بتانے کی اچھا کہ میں کچھ لوگ سمجھتے ہیں پتہ نہیں شو آف کر رہے ہیں کیا کر رہے ہیں میری عادت نہیں ہے تو شو نہیں کرتے میں شو نہیں کرتا اچھا جی بریک پہ چلتے ہیں پھر آ کے بات کرتے ہیں بریک کا ویلا ہو گیا میرا تو دل ہی نہیں کر رہا آج بریک بروک لینے کا لیکن مجبوری ہے چلو آتے ہیں چھوٹے سے بریک کے بعد سٹے وتھ اس ہنستے ہنستے رہو جی پھر ادھر وہ اپنا چینل اپنا اپنا ہوتا ہے آپ بنا چاہتے بنا اچھا آپ نے دل لگایا تھا دل لگی کے لیے تو وہ دل لگی پہلی کب ہوئی
कुछ याद पड़ता है, कुछ याद करना चाहते हैं? ये बात है, हुन वो अपने बच्चे दे नाल बैठ के दसनगे? नहीं हां तो फिर इस तरह मैं कुछ नहीं बताऊंगा। लेकिन आजकल के जो बच्चे होते हैं ना, वो फ्रेंड्स की तरह होते हैं। नहीं अल्हम्दुलिल्लाह मेरा सामने मेरा दोस्त भी है माशाल्लाह। लेकिन ये बातें हैं तब की, जब आतिश जवान था। आतिश जवान, जवान तो हुन भी है, तो आतिश आतिश कभी ठंडी नहीं होती। जिन्ना मर्जी पानी पाओ फिर कि एक शोला रहंदा होवे ना, वो फिर भड़क जांदा है। लेकिन राख के ढेर में शोला है ना चिंगारी। अच्छा माशाल्लाह शोहरत ने बहुत कुछ दिया, सब कुछ दिया, अल्हम्दुलिल्लाह। कोई ऐसी चीज जो छीनी भी हो? नहीं साहब, बेटा अब तो मेरी सिर्फ यही ख्वाहिश है कि शोहरत सिर्फ अगर जो छीन दिया तो मेरी प्राइवेसी उसने छीन ली। जो मैं अपने लिए कुछ वक्त गुजारना चाहता हूँ या मैं अपने बच्चों को देना चाहता हूँ वो नहीं दे पाता। अब भी कभी कभी ये नाराज़ होते हैं कि मैं इन्हें वो वक्त नहीं दे पा रहा जो इनका हक बनता है या ये चाहते हैं। अब ये यूके से यहाँ आया सफ़र करके, तो मैं उसे प्रॉपर इतना टाइम नहीं दे सका जो मुझे देना चाहिए, क्योंकि जब मैं यहाँ पहुँचा तो हमारे मुल्क में जो सैलाब का एक सिलसिला शुरू हुआ था जी, तो इस उस हालात से गुजर रहे थे। तो मैं ये तो फिर कुछ वक्त ये मेरे साथ भी रहा उन इलाकों में, हमने जाकर सर्वे वगैरह किया, गर्मी बहुत ज़्यादा थी। फिर मैंने इसे कहा कि नहीं बेटा तुम लाहौर चले जाओ, मैं चूँकि मेरा इलाका है, मेरी ये ड्यूटी है, मेरा ये फ़र्ज है, लोग मुझसे एक्सपेक्ट करते हैं, तो मैं जो कुछ कर सकूँगा इनके लिए। तुसी तो वो कर रहे हो कि जो मतलब उत्थे दे लीडर को करना चाहिए, जो उत्थे जो जिते ने। और असी थोड़ी थोड़ा जी तुहाडी क्लिपिंग साडे कोल है जी, जी देखने जी। लाला जी ने अपने इलाके वास्ते अपने सलाब सरगान दे भैन भाई जिहड़े उत्थे ने सारे अपने अहले इलाका से कहांगे अहले तहसील वास्ते जो इन्होंने किया जी, जरा आंखों देखा हाल जी।
जी माशाल्लाह जी जज्बा और नज़र आता है कि असी मतलब सुनया है कि फनकार जो है ना वह दिल बड़ा छोटा और बड़ा नाजुक बड़ा एहसास होंगे और अच सू यकीन भी होया असी जिस फनकार देखे और जिस तरह तुम्हें असी देखे माशाल्लाह चोली चुक के तुम अपना चंदा कट्ठा किया और एक घर तुम हैंडओवर किया जी अलहमदुल्ला मैं 10 घर शुरू किए ने इसे तरह चंदा कट्ठा करके मैं किसी मल्टीनेशनल कंपनी कुछ नहीं दिता कोई वड्डी डोनेशन मैं कितों ही नहीं मिली मैं इसे तरह डोर टू डोर गया रेहड़ी वाले ने 10 रुपए दिते ने मोची ने 5 रुपए दिते ने बाद लोगों ने एक एक दो दो रुपए के सिक्के भी दिते मैं और अलहमदुल्ला मैं इतने मैं पैसे कट्ठे हुए ने कि मैं इस वक्त 10 घर शुरू कर चुका 10 घर शुरू हुए जी एक घर तो असं हैड ओवर कर चुके हैं बाकी अलहमदुल्ला शुरू नहीं ओ महीना डेढ़ महीना च इंशाल्लाह तुसी ते प्रैक्टिकल करके दिखा भी देता है जी वरना बहुत सारे अदारे साडे जिहड़े ने ओ लगे ने कि जी हम करेंगे हम ये करेंगे हम कर रहे हैं अरे लो भाई ओ कोई क्या कर रहा है मुझे इससे गरज नहीं मैं क्या कर रहा तू प्रैक्टिकल करके दिखा नजर आ रहा नजर आ रहा है और अल्लाह ताला तुहानू होर जिंदगी देवे और हिम्मत देवे आमीन और तुसी अपने जिहड़ी तुसी तुहाडी तहसील है उस तों अलावा तुसी सोचिया कि मैं ते बहुत पूरे पाकिस्तान लेवल ते करना चाहना अच्छा हाँ लेकिन देखो हूँ हालात अच्छा ये एक और खास वजह भी है कि तुसी अले तुसी मल्टी नैशनल कंपनियां वाल नहीं गए तुसी वड्डे लोगों वाल नहीं गए लोग देना चाहते हैं लेकिन लोगों को बंदे नजर नहीं आ रहे एतबार जो साढ़े नाल हादसा होया एतबार खत्म हो गया मैं समझना कि रेहड़ी वाला जो 100 रुपये कमाता है उन्हें अगर 20 रुपए मैंने देते ने तो उस मल्टीनेशनल कंपनी तो दर लख दर्जे बेहतर है जेड़ा मेरे ते एतमाद कर उन्हें 20% दे देते हां उन्हें भी 20% की 5% भी अपना देन उन्हें मेरे ते एतमाद कीता ना रेड़ी वाले वो तो एतमाद है क्या बात है यही गल मैं कर रहा सर एतमाद दी और फनकार दे उते जितना एतमाद करदी है साडी आवाम मेरा ख्याल है कि इस वेले ना किसी सियासतदान ते एतबार है ना किसी होर बंदे ते एतबार है फनकार दे उते बहुत एतबार है असल विच असी डिग्री जेली डिग्री लेके नहीं आए ना असी जो कुछ है साडी जो भी है और साडी डिग्री जेली हो भी नहीं सकदी जेली डिग्री हो ही नहीं सकदी जिहदे गले च सुर है ओहदी डिग्री लोगों ने सुनना है तो जिहड़ा परफॉर्म कर रहा है ओहदी डिग्री कित्थे साडे तो मंगी नहीं है भाई डिग्री दी अच्छा लाला जी आपकी सारी बातें जो मैंने सुनी उसमें मुझे हर तरफ जैसे आपने मैडम नूरजहां का वाक्या सुनाया और आपने जैसे चंदा मांगा झोली उठा के तो हर चीज़ में मुझे बहुत ज़्यादा आजजी नज़र आई है जी जी क्योंकि जब इंसान शोहरत इतनी देखता है तो थोड़ा सा तो सरिया आता है गर्दन में वो कभी नहीं आया हमेशा आजजी आई है ये आपने किसी से सीखा कि आपकी अंदर शुरू से नेचर में था जी अल्हम्दुलिल्लाह नेचर में ज़्यादा था जो कुछ सीखा वो माँ से सीखा माँ ने आजजी सिखाई और दूसरी बात है बेटा कि ये सब चीज़ें एक मखसूस वक्त के लिए मैं जहाँ आज हूँ कल कोई और था तो इस आज पे फख्र नहीं करना चाहिए कल मेरी इसने फौरन कल बदल होना है और उस कल में मैंने नहीं होना वो किसी और ने होना अगर मेरा कुछ रह जाएगा तो ये मोहब्बत प्यार रह जाएगा जो आप लोग कहीं बैठेंगे तो याद कर बैठेंगे कि लाला से मुलाकात अच्छा प्यार मोहब्बत और आजजी दे विच जी एक मैं इन्हां दी होर गल सुनी है जो तुसी गड्डी च बैंदे हो तुसी तुर पैंदे हो अल्लाह दा नाम लै के तुसी तो ईसा खेल तो सिब्बी तक गड्डी ड्राइव करके ते उथे शो करके ते फिर गड्डी ड्राइव करके वापस भी आए हां जी लो या मेरे खुदा या ओ किड़ी ताकत है मेरे बाद दोस्त कहंदे ने कि अगर तेरे च मीटर लगे होंदे ते तेनु वद्दी कीमत ते किसे वो फट चुका होता जी अच्छा मीटर जितना इन्होंने ट्रैवल किया ओ मीटर होंदा ते मेरा हले मीटर भी चार बारी पीछे करना पैंदा सानू हां वो भी खत्म हो मीटर भी हाथ से जोड़ दे यार पास कर एना चलाने तो की जज्बा सी मतलब एनी ट्रैवल करना और हुन रोड भी एने कोई अच्छे नहीं होंदे सन नहीं उस वेले एक ते ऐसे कि तेरी दुआ नाल मैं पाकिस्तान दे हर कोने च मेरा लिसनर मौजूद है माशाल्लाह मैं मेरी खुशकिस्मती है अल्लाह जल्ले शान दी बहुत बड़ी उठे बिजली है फिर मैं जाना पे और स्टेशन ने जिथे हवाई जहाज नहीं जाता ट्रेन नहीं जाती बिल्कुल सही फिर बाई रोड ही जाना पैंदा सी दूसरी गल जहाज़ तो मैं बहुत डर लगता है हूँ भी मैं
ਜਦੋਂ ਹਾਲਾਤ ਮੈਂ ਸਫ਼ਰ ਕੀਤਾ ਤੁਹਾਡੇ ਨਾਲ ਕਰਾਚੀ ਤੋਂ ਲਾਹੌਰ ਹਾਂ ਜੀ ਜੀ ਜਦੋਂ ਯਾਦ ਆ ਜੀ ਯਾਦ ਜਦ ਸ਼ੋਅ ਜਾ ਕੇ ਸ਼ੋਅ ਕੀਤਾ ਖਤਮ ਹੋਇਆ ਸ਼ੋਅ ਕਰਕੇ ਤੁਸੀਂ ਟਰੈਵਲ ਔਰ ਵਾਪਸ ਕਿਸ ਤਰ੍ਹਾਂ ਮਤਲਬ ਇੰਨੇ ਨੀਂਦ ਨਹੀਂ ਆਉਂਦੀ ਸੀ ਕੀ ਬਸ ਉਹ ਕੋਈ ਅਜੀਬ ਜਿਹੀ ਕੈਫੀਅਤ ਹੁੰਦੀ ਜਨੂਨ ਇਤਨਾ ਸਫ਼ਰ ਤੇ ਇਤਨੀ ਮਿਹਨਤ ਤੇ ਮੈਂ ਨਹੀਂ ਕਹਾਂਗਾ ਮੈਂ ਕੀਤੀ ਲੇਕਿਨ ਮੈਂ ਕੀਤੀ ਮੁਲਤਾਨ ਡਰਾਮਾ ਕਰਕੇ ਸੁਬਹਾ ਇੱਥੇ ਆ ਕੇ ਸ਼ੂਟਿੰਗ ਕਰਨੀ ਫਿਰ ਮੁਲਤਾਨ ਚਲੇ ਜਾਣਾ ਲੇਕਿਨ ਉਹਦੇ 6 ਬੰਦੇ ਹੁੰਦੇ ਸਨ ਗੱਡੀ ਮੈਂ ਵੀ ਆਪ ਚਲਾਉਣਾ ਸੀ ਮੈਨੂੰ ਕਿਸੇ ਦੇ ਇਤਬਾਰ ਨਹੀਂ ਹੁੰਦਾ ਸੀ ਮੈਂ ਨਾ ਹੋਵਾਂ ਕਿ ਮੈਂ ਸੋਵਾਂ ਤੇ ਮੈਨੂੰ ਕੋਈ ਸੁਆ ਹੀ ਜਾਏ ਅਗਲੇ ਨੂੰ ਕੀ ਪਤਾ ਸੁੱਤਾ ਜਾ ਮੈਂ ਮੇਰੇ ਪਿੱਛੇ ਇੱਕ ਬੰਦਾ ਹੁੰਦਾ ਸੀ ਜਿਹੜੇ ਮੇਰੇ ਬਾਲਾਂ ਨੂੰ ਫੜ ਕੇ ਮੈਨੂੰ ਕਹਿੰਦਾ ਸੀ ਮੇਰੇ ਬਾਲ ਖਿੱਚਦਾ ਰਹੇ ਅਤੇ ਮੇਰੀ ਅੱਖ ਜ਼ਰਾ ਖੁੱਲਦੀ ਰਹੇ ਲੇਕਿਨ ਇਤਨਾ ਸਿੱਬੀ ਤੱਕ ਦਾ ਸਫ਼ਰ ਅਤੇ ਕਰਾਚੀ ਤੋਂ ਸਿੱਬੀ ਸਿੱਬੀ ਤੋਂ ਵਾਪਸ ਮੈਂ ਕਿਸ ਤਰ੍ਹਾਂ ਔਰ 4-5 ਘੰਟੇ ਗਾਣਾ ਔਰ ਤੁਹਾਡਾ ਗਾਣਾ ਜਿਹੜਾ ਜ਼ੋਰ ਲਾਉਂਦੇ ਹੋ ਨਾ ਹਾਂ ਜੀ ਜੀ ਔਰ ਮੈਂ ਦੇਖਿਆ ਜਦੋਂ ਜੀ ਇਹ ਪਰਫਾਰਮ ਕਰ ਰਹੇ ਸਨ ਪਤਾ ਨਹੀਂ ਮੇਰੇ ਕੈਮਰੇ ਨੇ ਟਾਈਟ ਕਲੋਜ਼ ਲਿੱਤਾ ਕਿ ਨਹੀਂ ਇਹ ਦਿਲੋਂ ਗਾਉਂਦੇ ਨੇ ਔਰ ਇਹਨਾਂ ਦੀ ਅੱਖ 'ਚ ਗਲੇਅਰ ਆਉਂਦੀ ਹੈ 2 ਬੋਲ ਇਹਨਾਂ ਨੇ ਗਾਏ ਔਰ ਇਹਨਾਂ ਦੀ ਅੱਖ 'ਚ ਗਲੇਅਰ ਆਈ ਹੈ ਔਰ ਜ਼ਾਹਿਰ ਹੈ ਕਿ ਦਿਲੋਂ ਗਾਉਂਦੇ ਨੇ ਔਰ ਜਿਗਰ ਤੋਂ ਵੀ ਗਾਉਂਦੇ ਨੇ ਉਹ ਮੈਂ ਰਹੀਮ ਯਾਰ ਖਾਨ ਤੋਂ ਮਾਨਸੇਰਾ ਸ਼ੋਅ ਰਹੀਮ ਯਾਰ ਖਾਨ ਤੋਂ ਸ਼ੋਅ ਕਰਕੇ ਤੁਸੀਂ ਮਾਨਸੇਰਾ ਪਹੁੰਚੇ ਹੋ ਮੈਂ ਐਬਟਾਬਾਦ ਦਾ ਹਵੇਲੀ ਹਾਂ ਤੁਸੀਂ ਜ਼ਰੂਰ ਪਤਾ ਹੋਗਾ ਕਿ ਮਾਨਸੇਰਾ ਸੌਰੀ ਰਹੀਮ ਯਾਰ ਖਾਨ ਤੋਂ ਮਾਨਸੇਰਾ ਕਿਤਨਾ ਸਫ਼ਰ ਅੱਛਾ ਲਾਲਾ ਜੀ ਸਭ ਸੇ ਯਾ ਆਪਨੇ ਪੂਰੀ ਦੁਨੀਆ ਮੈਂ ਹਰ ਜਗ੍ਹਾ ਸ਼ੋਅਜ਼ ਕੀਏ ਹੈ ਸਭ ਸੇ ਯਾਦਗਾਰ ਸ਼ੋਅ ਕਹਾਂ ਕਰ ਪਾਕਿਸਤਾਨ ਦਾ ਦੱਸੋ ਜੀ ਬੇਟਾ ਇਹ ਤਾਂ ਪਾਕਿਸਤਾਨੀ ਜਿੱਥੇ ਵੀ ਹਨ ਉੱਥੇ ਮਜ਼ਾ ਆਉਂਦਾ ਲੇਕਿਨ ਇੱਕ ਮੈਂ ਆਪਣੀ ਜ਼ਿੰਦਗੀ ਦਾ ਪੂਰੀ ਜ਼ਿੰਦਗੀ ਦਾ ਹਾਸਿਲ ਸਮਝਦਾ ਫੀਜੀ ਇੱਕ ਜਗ੍ਹਾ ਹੈ ਆਸਟ੍ਰੇਲੀਆ ਤੋਂ ਅੱਗੇ ਯਾਨੀ ਦੁਨੀਆ ਦੀ ਪਹਿਲੀ ਨਮਾਜ਼ ਉੱਥੇ ਪੜ੍ਹੀ ਜਾਂਦੀ ਹੈ ਜਜ਼ੀਰੇ ਨੇ ਛੋਟੇ ਛੋਟੇ ਉੱਥੇ ਛੋਟਾ ਜਹਾਜ਼ ਜਾਂਦਾ ਵੱਡਾ ਜਹਾਜ਼ ਹੀ ਨਹੀਂ ਜਾਂਦਾ ਸਿਰਫ ਉਹਨਾਂ ਦਾ ਜਿਹੜਾ ਹੈ ਕੈਪੀਟਲ ਹੈ ਉੱਥੇ ਜਹਾਜ਼ ਵੱਡਾ ਜਾਂਦਾ ਫੋਕਰ ਵੀ ਛੋਟਾ ਕੋਈ 8 ਸੀਟਰ ਕੋਈ 10 ਸੀਟਰ ਇਸ ਤਰ੍ਹਾਂ ਦਾ ਉਹ ਕਪਤਾਨ ਚਲਾ ਵੀ ਰਿਹਾ ਹੁੰਦਾ ਸੀ ਪਿੱਛੋਂ ਕਹਿੰਦੇ ਯਾਰ ਇੱਕ ਸਿਗਰਟ ਦੇ ਦੇ ਜਿੱਥੇ ਵੀ ਸ਼ੋਅ ਕੀਤੇ ਨੇ ਪ੍ਰਮੋਟਰ ਹਮੇਸ਼ਾ ਰੋਂਦਾ ਕਿ ਮੇਰਾ ਮੈਂ ਨੁਕਸਾਨ ਚ ਉਹ ਵਾਹਿਦ ਜਗ੍ਹਾ ਹੈ ਜਿੱਥੇ ਪ੍ਰਮੋਟਰ ਰੋ ਰਿਹਾ ਸੀ ਕਿ ਮੈਂ ਜਾ ਕੇ ਉਰਿਆ ਮੈਂ ਮਜ਼ੀਦ ਹਾਂ 3 ਸ਼ੋਅ ਮੈਂ ਵਾਸਤੇ ਬੁੱਕ ਹੋ ਕੇ ਗਿਆ ਸੀ 7 ਸ਼ੋਅ ਕੀਤੇ ਉਹ ਵੀ ਸਟੇਡੀਅਮ ਦੇ ਵਿੱਚ ਇਤਨਾ ਕਰਾਊਡ ਸੀ ਮਾਸ਼ਾ ਅੱਲਾਹ ਜਿਸ ਵੇਲੇ ਸੋਰੀ ਮੈਂ ਬਾਤ ਕਰ ਰਹਾ ਹਾਂ ਆਪਕੀ ਪਾਕਿਸਤਾਨੀ ਐਮਬੈਸੀ ਵੀ ਵਹਾਂ ਪੇ ਨਹੀਂ ਥੀ ਹਾਂ ਔਰ ਕੀ ਨਾਮ ਹੈ ਪਾਕਿਸਤਾਨੀ ਵੀ ਵਹਾਂ ਪੇ ਮੈਜੋਰਿਟੀ ਨਹੀਂ ਥੀ ਆਪ ਸਾਥ ਥੇ ਜੀ ਨਹੀਂ ਅੱਛਾ ਆਪਨੇ ਸੁਣਾ ਐਮਬੈਸੀ ਵੀ ਨਹੀਂ ਥੀ ਸੁਣਾਏ ਪਾਕਿਸਤਾਨੀ ਵੀ ਨਹੀਂ ਸਨ ਪਾਕਿਸਤਾਨੀ ਕੋਈ ਪਾਕਿਸਤਾਨੀ ਹੈ ਹੀ ਨਹੀਂ 100% ਵਿੱਚ 20% ਉਹਨਾਂ ਨੇ ਸਿਰਫ ਤੁਹਾਡਾ 뮤직 ਇੰਜੋਏ ਕੀਤਾ ਸਮਝ ਨਹੀਂ ਆ ਰਹੀ ਉਹ ਸਨ 100 ਸਾਲ ਪਹਿਲੇ ਜਿਸ ਵੇਲੇ ਇੰਡੀਆ ਪਾਕਿਸਤਾਨ ਇੱਕੋ ਹੀ ਸੀ ਅੱਛਾ ਉਹ ਲੋਕ ਗਏ ਸਨ ਉੱਥੇ ਬ੍ਰਿਟਿਸ਼ ਕਾਲੋਨੀ ਸੀ ਉਹ ਅਤੇ ਫਿਰ ਬ੍ਰਿਟਿਸ਼ ਨੇ ਗਵਰਨਮੈਂਟ ਨੇ ਇੱਥੋਂ ਲੋਕ ਉੱਥੇ ਸ਼ਿਫਟ ਕੀਤੇ ਖੇਤੀਬਾੜੀ ਵਾਸਤੇ ਐਗਰੀਕਲਚਰ ਵਾਸਤੇ ਕਿਉਂਕਿ ਉੱਥੋਂ ਦੀ ਜਿਹੜੀ ਲੋਕਲ ਉਹ ਹੈ ਸੀ ਫਸਲ ਉਹ ਸਿਰਫ ਕੋਕੋਨਟ ਸੀ ਅੱਛਾ ਇੱਥੋਂ ਸਾਡੇ ਕਿਸਾਨ ਭਾਈ ਗਏ ਇੰਡੀਆ ਤੋਂ ਜਦੋਂ ਇੰਡੀਆ ਪਾਕਿਸਤਾਨ ਇੱਕ ਹੁੰਦਾ ਸੀ 100-150 ਸਾਲ ਪਹਿਲੇ ਉਹਨਾਂ ਦੀਆਂ ਨਸਲਾਂ ਹਨ ਜਿਹੜੀਆਂ ਹੁਣ ਵੀ ਉਹ ਹਿੰਦੀ ਟਾਈਪ ਦੀਆਂ ਉਰਦੂ ਬੋਲਦੇ ਉਰਦੂ ਅਸੀਂ ਇੰਡੀਅਨ ਫਿਲਮਾਂ ਦੇ ਵਿੱਚ ਸੁਣਦੇ ਹਾਂ ਜਿਸ ਤਰ੍ਹਾਂ ਦਾ ਉਰਦੂ ਉਸ ਤਰ੍ਹਾਂ ਦੇ ਲਿਸਨਰ ਮੌਜੂਦ ਉਹਨਾਂ ਮੈਨੂੰ ਉਰਦੂ ਹੀ ਸੁਣਾ ਪੰਜਾਬੀ ਮੇਰਾ ਕੋਈ ਗਾਣਾ ਨਹੀਂ ਸੁਣਾ ਸਰਾਇਕੀ ਕੋਈ ਗਾਣਾ ਨਹੀਂ ਸੁਣਾ ਅੱਛਾ ਇੱਕ ਗੱਲ ਮੈਂ ਤੁਹਾਡੀ ਉਹ ਪ੍ਰਮੋਟਰ ਰੋਂਦਾ ਹੈ ਸਾਡੇ ਪ੍ਰੋਡਿਊਸਰ ਤੋਂ ਲੈ ਕੇ ਤੁਹਾਡੇ ਪ੍ਰਮੋਟਰ ਤੱਕ ਤੁਹਾਨੂੰ ਮਾਸ਼ਾਅੱਲਾ 35-40 ਸਾਲ ਤੇ ਹੋ ਗਏ ਗਾਉਂਦੇ ਤੁਸੀਂ ਕਹਿੰਦੇ ਕਦੀ ਪ੍ਰਮੋਟਰ ਨੇ ਨਹੀਂ ਕਿਹਾ ਔਰ ਘਰ ਬਣਾ ਲਏ ਨੇ ਕਾਰਖਾਨੇ ਬਣਾ ਰਹੇ ਨੇ ਸਾਡੇ ਕੰਮਾਂ ਤੋਂ ਤੁਹਾਡੇ ਕੰਮਾਂ ਤੋਂ ਇਸੇ ਕੰਮ ਨੇ ਜ਼ਵਾਲ ਨਹੀਂ ਲਿਆਂਦਾ ਕਿ ਅੱਜ ਅਸੀਂ ਕਿੱਥੇ ਬੈਠੇ ਹਾਂ ਇਸੇ ਵਾਸਤੇ ਮੁਸੀਕੀ ਜੀ ਅਸੀਂ ਬਿਲਕੁਲ ਫਾਰਗ ਹੋ ਗਏ ਹਾਂ ਐਕਟਿੰਗ ਜੀ ਅਸੀਂ ਜੈਸਾ ਸਾਡੇ ਪ੍ਰੋਡਿਊਸਰ ਨੇ ਕਦੀ ਮਰ ਗਏ ਉਹ ਮਾਰੀ ਗਏ ਨੇ ਜੈਸਾ ਬੋਏਗੇ ਵੈਸਾ ਕਾਟੇ ਜੈਸਾ ਬੋਏਗੇ ਵੈਸਾ ਕਾਟੇ ਅੱਛਾ ਲਾਲਾ ਜੀ ਸਭ ਸੇ ਆਪਕਾ ਜੋ ਆਪਕੋ ਪਸੰਦ ਹੋ ਜ਼ਾਤੀ ਤੌਰ ਪੇ ਆਪਕਾ ਵੋ ਗਾਣਾ ਯੇ ਬੇਟਾ ਅੰਦਰ ਕੇ ਮੌਸਮ ਪੇ ਡਿਪੈਂਡ ਕਰਤਾ ਹੈ ਕੱਲ ਮੇਰਾ ਮੌਸਮ ਕੁਛ ਔਰ ਥਾ ਅੱਜ ਮੇਰਾ ਮੌਸਮ ਕੁਛ ਔਰ ਹੈ ਮੌਸਮ ਦੇ ਸਾਲ ਨਾ ਅੱਛਾ ਅੰਦਰ ਕਾ ਮੌਸਮ ਹੈ ਕੱਲ ਮੈਂ ਬਹੁਤ ਅੱਛੇ ਮੌਸਮ ਮੇ ਥਾ ਬਹੁਤ ਅੱਛੇ ਅੱਜ ਮੈਂ ਥੋੜਾ ਡਿਪਰੈਸ ਆਇਆ ਹਾਂ ਅੱਛਾ ਇੱਕ ਅਸੀਂ ਫਨਕਾਰ ਹਾਂ ਅਸੀਂ ਮਤਲਬ ਦਿਨ ਰਾਤ ਇਕੱਠੇ ਕੰਮ ਕਰਨੇ ਆ ਲੇਕਿਨ ਅਸੀਂ ਇਕੱਠੇ ਬਹਿੰਦੇ ਨਹੀਂ ਅਸੀਂ ਇਕੱਠੇ ਸਾਡੇ 'ਚ ਪਿਆਰ ਮੁਹੱਬਤ ਬਹੁਤ ਕਰਦੇ ਸਭ ਤੋਂ ਵੱਡੀ ਮੈਂ ਫਿਰ ਤੁਹਾਡੇ ਘਰ ਲੱਗਦੀ ਸੀ ਮੈਨੂੰ ਪਤਾ ਜਦੋਂ ਮੈਂ 90 'ਚ ਇੱਥੇ ਲਾਹੌਰ ਆਇਆ ਮੈਂ ਉਸ ਵੇਲੇ ਤੁਹਾਡਾ
ਪੜੋਸੀ ਵੀ ਸਾਂ ਤਕਰੀਬਨ ਅਤੇ ਮੈਨੂੰ ਉਸ ਵੇਲੇ ਹੁੰਦਾ ਸੀ ਕਿ ਮੈਂ ਵੀ ਜਾ ਕੇ ਬੈਠਾ ਔਰ ਮੈਨੂੰ ਪਤਾ ਚੱਲਦਾ ਸੀ ਕਿ ਬਹੁਤ ਵੱਡੀ ਮਹਿਫਿਲ ਤੁਹਾਡੇ ਘਰ ਹੁੰਦੀ ਸੀ ਅਤੇ ਕੀ ਉਸ ਵੇਲੇ ਲੋਕਾਂ ਦੇ ਵਿੱਚ ਕੀ ਪਿਆਰ ਮੁਹੱਬਤ ਸੀ ਜਿਹੜੀ ਅੱਜ ਕੱਲ੍ਹ ਕਮੀ ਹੈ ਜਿਸ ਚੀਜ਼ ਦੀ ਉਹ ਇੱਕ ਤਾਂ ਬੇਸਿਕ ਗੱਲ ਲੋਕ ਕੌਣ ਕੌਣ ਸਨ ਜ਼ਰਾ ਨਾਂ ਲੈਣਾ ਮੇਰੇ ਸੁਣਨ ਵਾਲਿਆਂ ਨੂੰ ਪਤਾ ਬੇਸਿਕ ਗੱਲ ਤਾਂ ਇਹ ਕਿ ਤੁਸੀਂ ਖੁਦ ਡੇਰਾਦਾਰ ਹੋ ਮੈਂ ਚੂੰਕਿ ਆਪ ਡੇਰਾਦਾਰ ਆਦਮੀ ਹਾਂ ਠੀਕ ਹੈ ਅਤੇ ਮੈਂ ਡੇਰਾ ਚਲਾਉਣਾ ਜਿੰਨੇ ਦੇਰ ਮੇਰੇ ਘਰ 8-10 ਬੰਦੇ ਸ਼ਾਮ ਨੂੰ ਨਹੀਂ ਹੋਣਗੇ ਇਕੱਠਾ ਖਾਣਾ ਨਹੀਂ ਖਾਣਾ ਮੈਨੂੰ ਨਾ ਖਾਣਾ ਹਜ਼ਮ ਹੋਣਾ ਹੈ ਅਤੇ ਨਾ ਮੈਨੂੰ ਉਹ ਮਾਹੌਲ ਮਿਲਣਾ ਅਤੇ ਫਿਰ ਮੇਰੀ ਖੁਸ਼ਕਿਸਮਤੀ ਕਿ ਮੇਰੇ ਘਰ ਨੂੰ ਇਸ ਕਾਬਿਲ ਸਮਝਿਆ ਮਹਿਦੀ ਹਸਨ ਖਾਨ ਸਾਹਿਬ ਨੇ ਚਾਚਾ ਮੁਨੀਰ ਹੁਸੈਨ ਮਸੂਦ ਰਾਣਾ ਸਾਹਿਬ ਅਨੈਤ ਹੁਸੈਨ ਭੱਟੀ ਸਾਹਿਬ ਏ ਨਈਅਰ ਔਰ ਸ਼ੌਕਤ ਅਲੀ ਦਿਲਦਾਰ ਭੱਟੀ ਅੱਲਾ ਗਰੀ ਕੇ ਰਹਿਮਤ ਕਰੇ ਇਹ ਉਹ ਲੋਕ ਸਨ ਜਿਹੜੇ ਰੋਜ਼ ਅਸੀਂ ਸ਼ਾਮ ਨੂੰ ਇਕੱਠੇ ਹੁੰਦੇ ਔਰ ਮਜ਼ੇ ਦੀ ਗੱਲ ਹੈ ਮੈਂ ਵੀ ਸਿੰਗਰ ਹਾਂ ਸ਼ੌਕਤ ਅਲੀ ਵੀ ਸਿੰਗਰ ਅੱਛਾ ਸ਼ੌਕਤ ਅਲੀ ਸਾਹਿਬ ਮੈਨੂੰ ਕਹਿ ਰਹੇ ਨੇ ਕਿ ਇਹ ਤੂੰ ਜਗ੍ਹਾ ਗਲਤ ਕਹਿ ਰਹੇ ਇਹਨੂੰ ਠੀਕ ਕਰ ਕਿਤਨੀ ਵੱਡੀ ਯਾਨੀ ਅੱਜ ਕੱਲ੍ਹ ਤਾਂ ਅਗਰ ਕੋਈ ਗਲਤ ਕਹਿ ਰਿਹਾ ਤਾਂ ਬੰਦਾ ਹੋਰ ਕਹਿੰਦਾ ਯਾਰ ਇਹਨੂੰ ਹੋਰ ਗਲਤ ਕਹਿ ਇਹਨੂੰ ਜਾਣ ਔਰ ਆਪ ਲੋਕ ਮਾਈਂਡ ਵੀ ਨਹੀਂ ਕਰ ਰਹੇ ਇੱਕ ਦੂਸਰੇ ਨੂੰ ਇਤਨਾ ਮੁਹੱਬਤ ਕਿ ਮੈਂ ਮਹਿਦੀ ਹਸਨ ਖਾਨ ਸਾਹਿਬ ਮੈਨੂੰ ਦੱਸ ਰਹੇ ਨੇ ਚਾਚਾ ਮੁਨੀਰ ਹੁਸੈਨ ਮਹਿਦੀ ਹਸਨ ਸਾਹਿਬ ਨੂੰ ਦੱਸ ਰਹੇ ਚਾਚਾ ਮੁਨੀਰ ਹੁਸੈਨ ਮਹਿਦੀ ਹਸਨ ਸਾਹਿਬ ਖਾਨ ਸਾਹਿਬ ਨੂੰ ਕਹਿ ਰਹੇ ਨੇ ਕਿ ਤੂੰ ਇਹ ਜਗ੍ਹਾ ਕਹਿ ਕੇ ਵਿਖਾ ਜਿਹੜੀ ਮੈਂ ਕਹਿ ਰਿਹਾ ਔਰ ਮਹਿਦੀ ਹਸਨ ਖਾਨ ਸਾਹਿਬ ਅੱਲਾ ਉਹਨਾਂ ਨੂੰ ਸਲਾਮਤ ਰੱਖੇ ਉਹ ਜੈ ਕਰ ਰਹੇ ਨੇ ਇਹ ਨਹੀਂ ਕਿਸੇ ਕੋਈ ਦਿਲ 'ਚ ਬੋਗਜ਼ ਹੈ ਕੋਈ ਇਸ ਤਰ੍ਹਾਂ ਦੀ ਕੋਈ ਨਹੀਂ ਉਹਨਾਂ ਦੇ ਵਿੱਚ ਇੱਕ ਦੂਸਰੇ ਦੀ ਸੁਣਨ ਨੂੰ ਬਰਦਾਸ਼ਤ ਕਰਨ ਲਈ ਅਸੀਂ ਸਾਰੇ ਇੱਕ ਦੂਸਰੇ ਨੂੰ ਸੁਣਾਂਦੇ ਸਾਰੇ ਇਤਨੇ ਵੱਡੇ ਵੱਡੇ ਨਾਂ ਇਹਨਾਂ ਨੇ ਲਏ ਨੇ ਜੀ ਹੁਣ ਅਸੀਂ ਇੱਕ ਦੂਸਰੇ ਨੂੰ ਬਰਦਾਸ਼ਤ ਨਹੀਂ ਕਰਦੇ ਅਸੀਂ ਇੱਕ ਦੂਸਰੇ ਨੂੰ ਮੰਨਦੇ ਨਹੀਂ ਹੁਣ ਸਭ ਤੋਂ ਵੱਡੇ ਦਾ ਇਤਰਾਮ ਹੀ ਖਤਮ ਹੋ ਗਿਆ ਇਤਰਾਮ ਖਤਮ ਹੋ ਗਿਆ ਸਭ ਤੋਂ ਵੱਡੀ ਜਿਹੜੀ ਇਹ ਹੈ ਕਿ ਜਦ ਬੰਦਾ ਆਪਣੇ ਸੀਨੀਅਰ ਦਾ ਇਤਰਾਮ ਛੋੜ ਦਿੰਦਾ ਨਾ ਤਾਂ ਉਸ ਚੀਜ਼ ਦੀ ਚੋਂ ਬਰਕਤ ਅੱਲਾ ਮੀਂਹ ਚੋਂ ਬਰਕਤ ਖਤਮ ਹੋ ਗਈ ਕਿੱਥੇ ਬਰਕਤ ਰਹਿ ਗਈ ਨਾ ਮਿਊਜ਼ਿਕ ਬਣ ਰਿਹਾ ਹੁਣ ਇਹ ਗਾਣਾ ਹਿੱਟ ਹੁੰਦਾ ਤਾਂ ਉਹ ਦੂਜੇ ਦਿਨ ਬੰਦਾ ਸਾਂਭੇ ਹੀ ਨਹੀਂ ਜਾਂਦਾ ਸਾਵਲ ਸੇ ਪੁੱਛਦੇ ਹੈ ਕਿ ਇਨਸ਼ਾਅੱਲਾ ਤਾਲਾ ਆਪਨੇ ਵੀ ਔਰ ਮਜ਼ੀਦ ਆਪਣੇ ਵਾਲਿਦ ਸਾਹਿਬ ਸੇ ਜ਼ਿਆਦਾ ਨਾਮ ਰੋਸ਼ਨ ਕਰਨਾ ਹੈ ਤੋ ਕਿਆ ਫਿਊਚਰ ਪਲਾਨਸ ਹੈ ਫਿਊਚਰ ਪਲਾਨਸ ਇਹ ਵੀ ਐਲਬਮ ਮੇਰੀ ਚੱਲ ਰਹੀ ਹੈ ਰਿਕਾਰਡਿੰਗ ਚੱਲ ਰਹੀ ਹੈ ਇਨਸ਼ਾਅੱਲਾ ਵਿਦ ਇਨ 5 ਮੰਥਸ ਮੇਰਾ ਹੈ ਸੀਨ ਪੇ ਆਨੇ ਕਾ ਅੱਛਾ ਔਰ ਸਾਥ ਸਾਥ ਫਿਲਮ ਮੇ ਵੀ ਐਜ਼ ਅ ਸਾਊਂਡ ਇੰਜੀਨੀਅਰ ਪਾਕਿਸਤਾਨ ਮੇ ਮੇਰੀ ਕੋਸ਼ਿਸ਼ ਹੈ ਕਿ ਮੈਂ 5.1 ਸਾਊਂਡ ਸਰਾਊਂਡ ਸਿਸਟਮ ਲੈ ਕੇ ਆਊਂ ਅੱਛਾ ਵੈਰੀ ਗੁੱਡ ਪਹਿਲੇ ਵੀ ਹੈ ਬਹੁਤ ਕੰਪਨੀਜ਼ ਹੈ ਜੋ ਕਰ ਰਹੀ ਮਗਰ ਮੇਰਾ ਹੈ ਕਿ ਮੈਂ ਵੀ ਲੈ ਕੇ ਆਊਂ ਤੁਸੀਂ ਲੈ ਕੇ ਆਓ ਵਾਲਿਦ ਸਾਹਿਬ ਕੀ ਬਾਤਾਂ ਸਮਝ ਮੇ ਆਤੀ ਹੈ ਉਨ ਪੇ ਮਤਲਬ ਅਮਲ ਕਰਤੇ ਹੈ ਜੀ ਮੈਂ ਕੋਸ਼ਿਸ਼ ਕਰਤਾ ਹੂੰ ਕੋਸ਼ਿਸ਼ ਕਰਤਾ ਹੂੰ ਸੁਨੂੰ ਔਰ ਫਿਰ ਅਮਲ ਕਰੂੰ ਅੱਛਾ ਬਹੁਤ ਸ਼ੁਕਰੀਆ ਲਾਲਾ ਜੀ ਅੱਜ ਤੇ ਸਾਡੀ ਸਵੇਰ ਦਾ ਪਤਾ ਹੀ ਨਹੀਂ ਲੱਗਿਆ ਕਿਵੇਂ ਮੁੱਕ ਗਈ ਟਾਈਮ ਖਤਮ ਹੋ ਗਿਆ ਅੱਲਾ ਤੁਹਾਨੂੰ ਸਲਾਮਤ ਰੱਖੇ ਤੇ ਇਹੋ ਜਿਹੀਆਂ ਲੱਖਾਂ ਸਵੇਰਾਂ ਤੁਸੀਂ ਵੇਖੋ ਆਪਣਾ ਚੈਨਲ ਵੀ ਵੇਖੇ ਤੇ ਆਪਣੇ ਬਣ ਕੇ ਅਸੀਂ ਇੱਕ ਦੂਜੇ ਨੂੰ ਮਿਲੀਏ ਮੁਹੱਬਤਾਂ ਨਾਲ ਪਿਆਰਾਂ ਨਾਲ ਅੱਲਾ ਕਰੇ ਜੀ ਉਹ ਟਾਈਮ ਫੇਰ ਆਏ ਜਿਹੜੀਆਂ ਮੁਹੱਬਤਾਂ ਤੋਂ ਤੁਸੀਂ ਇਕੱਠੇ ਬਹਿ ਕੇ ਵੰਡੇ ਦੇ ਸੋ ਫਨਕਾਰ ਆਪਸ ਉਹ ਟਾਈਮ ਆਏ ਸਾਡੇ ਫਨਕਾਰਾਂ 'ਚ ਮੁਹੱਬਤ ਹੋਏਗੀ ਤੇ ਫਨ ਨੂੰ ਤਰੱਕੀ ਮਿਲੇਗੀ ਵਰਨਾ ਅਸੀਂ ਇੱਕ ਦੂਸਰੇ ਦੀਆਂ ਲੱਤਾਂ ਖਿੱਚਾਂਗੇ ਤੇ ਕੰਮ ਬੰਦ ਹੋ ਜਾਏਗਾ ਬੜੀ ਮਿਹਰਬਾਨੀ ਜਾਣ ਤੋਂ ਪਹਿਲੇ ਅਸੀਂ ਇਜਾਜ਼ਤ ਲੈ ਲਈਏ ਇੱਕ ਅੱਛਾ ਜਿਹਾ ਮਿਸਰਾ ਜਾਂਦੇ ਜਾਂਦੇ ਸਾਡੇ ਫਿਰ ਜ਼ਰਾ ਦੇਖਣ ਵਾਲਿਆਂ ਨੂੰ ਇਜਾਜ਼ਤ ਲੈ ਲਈਏ ਭਾਜੀ ਹੱਸਦੇ ਵਸਦੇ ਰਹੋ ਤੇ ਵੇਖਦੇ ਰਹੋ ਆਪਣਾ ਚੈਨਲ ਤੇ ਜਾਣ ਤੋਂ ਪਹਿਲੇ ਲਾਲਾ ਜੀ ਜਿਹੜੇ ਅਸੀਂ ਕੱਲ੍ਹ ਫਿਰ ਮਿਲਾਂਗੇ ਤੇ ਰੱਬ ਰੱਖਾ ਜੀ ਇਧਰ ਜ਼ਿੰਦਗੀ ਕਾ ਜਨਾਜ਼ਾ ਉਠੇਗਾ ਉਧਰ ਜ਼ਿੰਦਗੀ ਉਨਕੀ ਦੁਲਹਨ ਬਣੇ ਵਾਹ ਬਹੁਤ ਸ਼ੁਕਰੀਆ ਜੀ ਬਹੁਤ ਸ਼ੁਕਰੀਆ ਥੈਂਕ ਯੂ ਵੈਰੀ ਮਚ ਥੈਂਕ ਯੂ